ਵੀ ਆ ਗਿਆ ਐ 32 ਸਾਲ ਲੱਗਿਆ ਮੈਂ ਉੱਥੇ ਪਾਰਕਾਂ ਵੇਖਾ ਹੁੰਦਾ ਦੇਖੀਆ ਵੀ ਸਾਡੇ ਪਿੰਡੇ ਵੀ ਕੋਈ ਪਾਰਕਾਂ ਵੀ ਹੋ ਕੋਈ ਜੀ ਪਰ ਆਹ ਮੁੰਡੇ ਨੇ ਸੁਖਣਾ ਲਿਆਦਾ ਸਾਡੇ ਵੀ ਖਾਦਾ ਵੀ ਆ ਮੁੰਡੇ ਨੇ ਕੰਮ ਕੀਤਾ ਪਿੰਡ ਚ ਪਾਰਕ ਬਣੇ ਹੋਏ ਆ ਜਾਨੀ ਕਿ ਵੀ ਚੰਡੀਗੜ੍ਹ ਜਾਨੀ ਕਿ ਬਠਿੰਡਾ ਤੇ ਜਾਂ ਆਪਣੇ ਪਿੰਡ ਪੱਖੀਕਲਾਂ ਦੇ ਵਿੱਚ ਵੀ ਜਾਨੀ ਕਿ ਇਹ ਜੀਆਂ ਕਸਤੀਆਂ ਸਹੂਲਤਾਂ ਇਹ ਜੀਆਂ ਦਿੱਤੀਆਂ ਸਾਨੂੰ ਝੀਲ ਵਗੈਰਾ ਬਣਾਇਆ ਗਿਆ ਪਹਿਲਾ ਜਾਣ ਸਹੀ ਜਿਉ ਸਾਡੀ ਸੁਰਤ ਤੋਂ ਸਮਝਾ ਇਹ ਯਾਰ ਇੱਥਾ ਵੀ ਇੱਥੇ ਪੂਰਾ ਟੱਕਿਆਂ ਦੇ ਸੀ ਸਾਰਾ ਗੰਦਾ ਪਾਣੀ ਇੱਥੇ ਹੁੰਦਾ ਸੀ ਉਹਦੇ ਮੁੰਡੇ ਨੇ ਸਵਾਰ ਕੇ ਪੰਜ ਕੱਢ ਕੇ ਐ ਬਲਾਦਾ ਹੋਏ ਦਾ ਖੁੰਦੀਆਂ ਟੱਫੀ ਉਹ ਕਿਸੇ ਨਾਲ ਇਹ ਨਹੀਂ ਰੱਖਿਆ ਹੋਂ ਤਾਂ ਹੀ ਜਾਂ ਬੋਟ ਨਹੀਂ ਪਾਈ ਹਰ ਇੱਕ ਦਾ ਵਿਕਾਸ ਹੋਇਆ ਜਿਹਨੇ ਬਣਾ ਕੋਈ ਲਿੰਗਾ ਜਾਂ ਟੇਡਾਂ ਜਾਂ ਬੋਟ ਦਾ ਮਤਲਬ ਵੀ ਹੈ ਨਹੀਂ ਕੋਈ ਹਰ ਇੱਕ ਬੰਦੇ ਦਾ ਵਿਕਾਸ ਹੋਇਆ ਮੁੰਡੇ ਲੋਕਾਂ ਨੇ ਜਿਹੜੇ ਕੰਮ ਕੀਤੇ ਆ ਬਹੁਤ ਸੋਹਣੇ ਕੀਤੇ ਆ ਅੱਗੇ ਸਾਡੇ ਪਹਿਲਾਂ ਜੋ ਸੀਗੇ ਅਕਰਲੀਆਂ ਸੀ ਉਦੋਂ ਸਾਡੀ ਕਸੀ ਬਹੁਤ ਚਿਰਿਆਂ ਤੋਂ ਮੰਗ ਸੀਗੀ 3 ਇਅਰ ਮਾਈਨਰ ਦੀ ਇਹਨਾਂ ਨੇ ਪੂਰੀ ਕੀਤੀ ਉਹ ਰੋਜ਼ੀ। ਖੇਤੀ ਦੇ ਲਈ ਐਮਐਲਏ ਸਾਹਿਬ ਵੱਲੋਂ ਕੋਈ ਵੱਡੇ ਪ੍ਰਯਾਸ ਕੀਤੇ ਗਏ ਨੇ? ਹਾਂਜੀ ਹਾਂਜੀ ਬਹੁਤ ਹੀ ਸਬਸਿਡੀ ਸਿਸਟਮ ਬਹੁਤ ਹੀ ਅਸੀਂ ਗਈ ਸੰਦਾਂ ਅਕੋਰਡਿੰਗ ਮੰਨ ਲਓ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਛੋਲਦ ਦਿੱਤੀ ਗਈ ਸੰਦਾਂ। ਸਬਸਿਡੀ ਵੀ 20% ਸਬਸਿਡੀ ਸੀਗੀ ਸੰਦਾਂ ਦੇ ਅਕੋਰਡਿੰਗ। ਜੀ। ਮੰਨ ਲਓ 1 ਲੱਖ ਰੁਪਇਆ ਕਿਸਾਨ ਦਿੰਦਾ ਸੀਗਾ 9 ਲੱਖ ਰੁਪਇਆ ਸਬਸਿਡੀ ਮੰਨ ਲਓ ਜੀ। ਇਹਨਾਂ ਵਾਲੇ ਢਿੱਲੋ ਸਾਹਿਬ ਜਿਹੜੇ ਵਿਧਾਇਕ ਦੇ ਟਾਈਮ ਦੇ ਵਿੱਚ ਜਵਾ ਜ਼ਿਆਦਾ ਜਿਹੜੇ ਕੰਮ ਹੋਏ ਨੇ ਤੁਹਾਡੇ ਪਿੰਡ ਦੇ ਜਾਂ ਹਲਕੇ ਦੇ ਉਹਦੇ ਬਾਰੇ ਦੱਸ ਇਹ ਢਿੱਲੋ ਸਾਹਿਬ ਨੂੰ ਕੀ ਕਾਰਨ ਕੀ ਹੈ ਸਾਰੇ ਬੰਦੇ ਜਿਹੜੇ ਨੇ ਢਿੱਲੋ ਸਾਹਿਬ ਬਾਰੇ ਬੋਲ ਰਹੇ ਨੇ ਕੰਮ ਦੇ ਕੰਮ ਕੀਤੇ ਉਹਨਾਂ ਨੇ ਬਹੁਤ ਕੰਮ ਦੀ ਜ਼ਿਆਦਾ ਕੰਮੇ ਦਾ ਕਰੂ ਉਸੇ ਨੂੰ ਮੋਟਾ ਨੇ ਲੀਆ ਵਿਰੋਧੀ ਕਹਿ ਰਹੇ ਕਿ ਉਹਨਾਂ ਵੱਲੋਂ ਕੋਈ ਕੰਮ ਨਹੀਂ ਕਰਵਾਇਆ ਗਿਆ ਨਹੀਂ ਇਹ ਕਹੇਵੇਂ ਕਹੀ ਜਾਂਦੇ ਸਾਰੇ ਕੰਮ ਹੋਏ ਹੋਏ ਆ ਵੀ ਅੱਗੇ ਬਹਿ ਦਾ ਖੜੋਂ ਦਾ ਥਾਂ ਨਹੀਂ ਸੀ ਵੇਖ ਲਓ ਆਗੇ ਜੀ ਉਹਨਾਂ ਨੂੰ ਕਹੇ ਉਹਨਾਂ ਨੇ ਤਾਂ ਕਹਿਣਾ ਹੈ ਜੀ ਇਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੀ ਹੈ ਸਰਕਾਰ ਨੇ ਜੰਨੇ ਸਵੇਰ ਸਾਰਾ ਲੋਚੇ ਜਿ ਕਿਤੇ ਸੀ ਲੋਕ ਜਨਾਨੀਆਂ ਹੁਣ ਲੀਟਾਂ ਜਗਦੀਆਂ ਇੱਥੇ ਸ਼ਾਮ ਨੂੰ ਸਵੇਰ ਸਾਰਾ ਪਿੰਡ ਸਰਕਾਰ ਨਾਲ ਆਉਂਦਾ ਜੀ ਇਹ ਗੇਨਕ ਅਸੀਂ ਕੀਤਾ ਹੀ ਨਹੀਂਗਾ ਕਿ ਕਿਹਨੋਂ ਵੋਟਾਂ ਮਤਲਬ ਲੈ ਕੇ ਵੋਟਾਂ ਆ ਕੇ ਅੱਗੇ ਲੋਕ ਨਹੀਂ ਸੀ ਇਹ ਉਹ ਜਿਹਨੇ ਪੜ੍ਹੇ ਲਿਖੇ ਲੋਕ ਸੀ। ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹਨਾਂ ਨੂੰ ਮੌਕਾ ਦਿੱਤਾ ਜਾਵੇਗਾ ਜਾਂ ਕੋਈ ਬਦਲ ਲੱਭਿਆ ਜਾਵੇਗਾ। ਦੁਬਾਰਾ ਇਸ ਨੂੰ ਮੌਕਾ ਦੇਵਾਂਗੇ ਜੀ। ਦੀ ਮੰਗ ਤੇ ਇਹ ਇੱਕ ਤਾਂ ਪਲੱਸ 2 ਕਰ ਦੇਣੇ ਤੇ ਇਹ ਇੱਕ ਆ ਸੌਦਾ ਵੀ ਚੱਲਣੀ ਚਾਹੀਦੀ ਸਾਡਾ ਮੇਨ ਪਿੰਡ ਪੈਂਦਾ। 6-7 ਪਿੰਡਾਂ ਦਾ ਟਾਇ। ਬਾਜਦੇ ਹਾਲਾਤ ਅਨੁਸਾਰ ਸਾਡੀ ਮੰਗ ਹੈ ਜੀ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਣੀ ਬਹੁਤ ਜ਼ਰੂਰੀ ਹੈ ਲਾਇਬ੍ਰੇਰੀ ਹੈ ਨਹੀਂ ਤੁਹਾਡੇ ਪਿੰਡ ਚ ਕੋਈ ਬਿਲਕੁਲ ਨਹੀਂ ਹੈ ਜੀ ਕੋਈ ਵਧੀਆ ਚੰਗੇ ਲੈਵਲ ਦੀ ਲਾਇਬ੍ਰੇਰੀ ਨਹੀਂ ਹੈ ਸਾਡੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜੋ ਸਾਡੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਹੈ ਜੀ ਚਾਰ ਪਿੰਡਾਂ ਦੀ ਉਹਦਾ ਅਸੀਂ ਜੋ ਲੈਣਦੇ ਨਾ ਸਾਨੂੰ ਫ੍ਰੀਕੋਰਟ ਜਾਣਾ ਪੈਂਦਾ ਕਰਨ ਵਾਸਤੇ ਪੇਮੈਂਟ ਦੇਣ ਵਾਸਤੇ ਔਰ ਲੈਣ ਵਾਸਤੇ ਉਹ ਅਸੀਂ ਬੇਨਤੀ ਕਰਦੇ ਆਂ ਵੀ ਉਹਦਾ ਕੈਸ਼ ਕਾਊਂਟਰ ਵੀ ਪਿੰਡ ਬਣ ਜੇ ਆਖਰੀ ਮੰਗਿਆ ਪਿੰਡ ਵਾਸੀਆਂ ਦੀ ਸੇਵਾ ਕੇਂਦਰ ਦੀ ਇਹ ਕਦ ਤੱਕ ਚੱਲਦਾ ਵਾ ਇਹ ਵੀ ਉਹਦੇ ਵੀ ਕੋਸ਼ਿਸ਼ ਕਰੀ ਜਾਂਦੇ ਵੀ ਕੋਈ ਇੱਕ ਮਿੰਟਾਂ ਚਲਾਉਣੇ ਸੀ ਉਹ ਇਹ ਵੀ ਮੈਂ ਉਹਨੂੰ ਧਿਆਨ ਦਿੰਦਾ ਇਹ ਬੰਦ ਰੱਖਣ ਦਾ ਕਾਰਨ ਕੀ ਹੋਇਆ ਸੇਵਾ ਕੇਂਦਰ ਬਣਾਇਆ ਗਿਆ ਸਰਕਾਰ ਵੱਲੋਂ ਪੈਹਾ ਖਰਚਾ ਗਿਆ ਤੇ ਤੇ ਬੰਦ ਕਿਉਂ ਕੀਤਾ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ ਵਿਧਾਇਕ ਨੇ ਕਿ ਕਿ ਟਿ ਲੋਨਾਂ ਨੂੰ ਨੰਬਰ ਦੇਨੇ ਹੋਣ ਦਾ ਸਟੋਰੀ ਰਿਪੋਰਟ ਕਾਰਡ ਬਣਾਉਣਾ ਹੋਵੇ ਤਾਂ ਕਿਨੇ ਨੰਬਰ ਦੇਉਂ ਅਸੀਂ ਤਾਂ 10 ਚੋਂ 10.5 ਦੇਵਾਂਗੇ 10 ਦੇ ਵਿੱਚੋਂ ਘੱਟੋ ਘੱਟ 7-8 ਨੰਬਰ ਚਾਹੀਦੇ ਹੋ ਉਹ ਇਹ 10 ਦੇ 11 ਨੰਬਰ ਦੇਵਾਂਗੇ 10 ਚ 10 ਹੀ ਦੇਵਾਂਗੇ ਅਸੀਂ 100 ਹੀ ਦੇਵਾਂਗੇ 10 ਤੋਂ 100 100 ਸੱਚੀ ਗੱਲਸ ਕਾਈ ਨਿਊਜ਼ ਪੰਜਾਬ ਦੇ ਖਾਸ ਪ੍ਰੋਗਰਾਮ ਹਾਲ ਹਲਕੇ ਵਿੱਚ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਘਲਾ ਇਸ ਪ੍ਰੋਗਰਾਮ ਦੇ ਤਹਿਤ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਹਲਕਾ ਫਰੀਦਕੋਟ ਦੇ ਪਿੰਡ ਪੱਖੀਕਲਾ ਦੇ ਵਿੱਚ ਅਕਸਰ ਤੁਸੀਂ ਪਿੰਡ ਵੇਖੇ ਹੋਣੇ ਜਿਨ੍ਹਾਂ ਦੇ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਪੂਰੀਆਂ ਹੁੰਦੀਆਂ ਪਰ ਇੱਕ ਅਜੀਬਾ ਪਿੰਡ ਹੈ ਜਾਪ ਰਿਹਾ ਜਿਸ ਦੇ ਵਿੱਚ ਵੱਡੇ ਵੱਡੇ ਪਾਰਕ ਬਣੇ ਹੋਏ ਨੇ ਤੇ ਇਸ ਨਾਲ ਹੀ ਚੰਡੀਗੜ੍ਹ ਦੀ ਜਿਵੇਂ ਸੁਖਨਾ ਝੀਲ ਮਸ਼ਹੂਰ ਹੈ ਉਵੇਂ ਇੱਕ ਝੀਲ ਬਣੀ ਹੋਈ ਹੈ ਤੇ VOTING ਹੁੰਦੀ ਹੈ ਉਹਦੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਆਉ ਸੁਣਦੇ ਆ ਤੇ ਜਾਣਦੇ ਆ ਦੇ ਨਾਲ ਪੱਖੀ ਕਲਾ ਪਿੰਡ ਦੇ ਲੋਕ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕਿਵੇਂ ਦੇਖਦੇ ਹੋ ਇਹ ਪਿੰਡ ਦੇ ਵਿਕਾਸ ਦੇਖਣ ਨੂੰ ਮਿਲ ਰਿਹਾ ਕਿਵੇਂ ਦਾ ਲੱਗਦਾ ਹਾਂਜੀ ਬਹੁਤ ਚੰਗੇ ਵਿਕਾਸ ਹੋਇਆ ਜੀ ਤੇ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਜੋ ਸਾਡਾ ਜਨਮ ਹੋਇਆ ਪਹਿਲੇ ਇਹ ਜੀਆਂ ਸਹੂਲਤਾਂ ਵੜੀਆਂ ਜਿੰਨੀਆਂ ਸਹੂਲਤਾਂ ਸਾਨੂੰ ਮਿਲੀਆਂ ਜੀ ਤੇ ਦੋ ਚਾਰ ਇਹ ਰਹੇ ਬੱਚਿਆਂ ਦੇ ਵੀ ਜਾਨੀ ਕਿ ਜਿਹੜੇ ਝੂਲੇ ਆ ਜੀ ਵੀ ਉਹ ਸਾਨੂੰ ਕਿਰਾਏ ਆਣ ਜੀ ਤੇ ਇੱਕ ਇਹ ਦੂਜਾ ਜਿਹੜਾ ਸਾਡਾ ਕੋਈ ਗਲੀ ਨਾਲੀ ਰਹਿੰਦੀ ਹੈ ਵੀ ਸਭ ਸਾਡੇ ਕੰਮ ਚੱਲੀ ਜਾਂਦਾ ਜੀ ਤੁਹਾਡੇ ਹਲਕੇ ਤੋਂ ਵਿਧਾਇਕ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ 100% ਕੰਮ ਜਿਹੜੇ ਨੇ ਹਲਕੇ ਦੇ ਕਰਵਾਏ ਨੇ ਨਹੀਂ ਠੀਕ ਹੈ ਜੀ ਜਿਵੇਂ ਸਾਡੇ ਪਿੰਡ ਦੇ ਹਿਸਾਬ ਨਾਲ ਕੰਮ ਹੋਇਆ ਅਸੀਂ ਤਾਂ ਨੇ ਵਧੀਆ ਕੰਮ ਹੋਇਆ ਚੰਗੇ ਹੈ ਜੀ ਜੀ ਹਾਂਜੀ ਚੰਗਾ ਕੰਮ ਕੀਤਾ ਢਿੱਲੋ ਸਾਹਿਬ ਨੇ ਠੀਕ ਹੈ ਜੀ ਕੀ ਉਮੀਦ ਰੱਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਕੰਮਾਂ ਦੀ ਕੋਈ ਉਮੀਦ ਰੱਖਦੇ ਹੋ ਉਹਨਾਂ ਤੋਂ ਹਾਂਜੀ ਜੇ ਕੋਈ ਸਾਡਾ ਕੋਈ ਰਹਿ ਗਿਆ ਕੋਈ ਆ ਜਿਹੜੇ ਹੁਣ ਸਾਡਾ ਕੰਮ ਹੋਇਆ ਵਾ ਜਾਨੀ ਕਿ ਵੀ ਪਿੰਡ ਚ ਪਾਰਕ ਬਣੇ ਹੋਏ ਆ ਜਾਨੀ ਕਿ ਵੀ ਚੰਡੀਗੜ੍ਹ ਜਾਨੀ ਕਿ ਬਠਿੰਡਾ ਤੇ ਜਾਂ ਆਪਣੇ ਪਿੰਡ ਪੱਖੀਕਲਾਂ ਦੇ ਵਿੱਚ ਵੀ ਜਾਨੀ ਕਿ ਇਹ ਜੀਆਂ ਕਇਸਤੀਆਂ ਸਹੂਲਤਾਂ ਇਹ ਜੀਆਂ ਦਿੱਤੀਆਂ ਸਾਨੂੰ ਝੀਲ ਵਗੈਰਾ ਬਣਾਇਆ ਗਿਆ ਪਹਿਲਾ ਜਾਣ ਸਹੀ ਜਿਉਂ ਸਾਡੀ ਸੁਰਤ ਸੰਭਲੀ ਜੀ ਹਾਂਜੀ ਕਿਵੇਂ ਦੇਖਦੇ ਹੋ ਬਾਈ ਦੀਆਂ ਚੋਣਾ ਨੇੜੇ ਨੇ ਕਿਹੜੇ ਕਿਹੜੇ ਲੀਡਰ ਨੂੰ ਜਿਹੜਾ ਹੈਗਾ ਨੁਮਾਇੰਦਗੀ ਕਰਨ ਦਾ ਮੌਕਾ ਦਵੋਗੇ ਅੱਗੇ ਮੌਕਾ ਤਾਂ ਜੀ ਹੁਣ گا ਪਤਾ ਲੱਗੂਗਾ ਜੀ ਚਾਰ ਪੰਜ ਹੋਣਾ ਹੈਗੀਆਂ ਕੀ ਪਤਾ ਰਲ ਕੇ ਬਣੇਗੇ ਕਿਵੇਂ ਬਣੇਗੇ ਕੋਈ ਜੀ ਹੋਰ ਵੀ ਸਾਡੇ ਨਾਲ ਉਹ ਯੂਥ ਮੌਜੂਦ ਹੈ ਜਿਹੜਾ ਦੇਸ਼ ਦਾ ਭਵਿੱਖ ਆਉਣ ਵਾਲਾ ਕਿਵੇਂ ਦੇਖਦੇ ਹੋ ਜਿਹੜੇ ਤੁਹਾਡੇ ਮੌਜੂਦਾ ਵਿਧਾਇਕ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਉਹਨਾਂ ਦੀ ਕਾਰਗੁਜ਼ਾਰੀ ਤੋਂ ਕਿੰਨੇ ਸੰਤੁਸ਼ਟ ਹੋ ਬਹੁਤ ਸੰਤੁਸ਼ਟ ਆ ਜੀ ਉਹਨਾਂ ਨੇ ਕਹਿਣ ਮਨ ਲਓ ਕਰਨਤਾ ਬਹੁਤ ਵਧੀਆ ਕੀਤਾ ਹੈ ਇਹ ਸਾਰਾ ਕੋਈ ਜੀ ਕੀ ਕੰਮ ਕਰਦੇ ਹੋ ਰੂਟੀਨ ਕੀ ਹੈ ਤੁਹਾਡੀ ਐਗਰੀਕਲਚਰ ਜੀ ਖੇਤੀ ਕਰਦੇ ਹਾਂ ਹਾਂਜੀ ਸਰ ਤੇ ਖੇਤੀ ਦੇ ਖੇਤੀ ਦੇ ਲਈ ਐਮਐਲਏ ਸਾਹਿਬ ਵੱਲੋਂ ਕੋਈ ਵੱਡੇ ਪ੍ਰਯਾਸ ਕੀਤੇ ਗਏ ਨੇ ਹਾਂਜੀ ਹਾਂਜੀ ਬਹੁਤ ਹੀ ਸਬਸਿਡੀ ਸਿਸਟਮ ਬਹੁਤ ਹੀ ਅਸਿਕਈ ਸੰਦਾ ਅਕੋਰਡਿੰਗ ਮੰਨ ਲਓ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਸਹੂਲਤ ਦਿੱਤੀ ਗਈ ਸੰਦਾ ਦੀ ਜੀ ਕਿਵੇਂ ਸਬਸਿਡੀ ਬਾਰੇ ਤੁਸੀਂ ਜ਼ਿਕਰ ਕੀਤਾ ਕਿਹੜੀ ਸਬਸਿਡੀ ਐਮਐਲਏ ਸਾਹਿਬ ਵੱਲੋਂ ਦੁਵਾਈ ਗਈ ਸਬਸਿਡੀ ਵੀ 20% ਸਬਸਿਡੀ ਸੀਗੀ ਸੰਦਾ ਦੇ ਅਕੋਰਡਿੰਗ ਜੀ ਮੰਨ ਲਓ ਲੱਖ ਰੁਪਿਆ ਕਿਸਾਨ ਦਿੰਦਾ ਸੀਗਾ 9 ਲੱਖ ਰੁਪਿਆ ਸਬਸਿਡੀ ਮੰਨ ਲਓ ਜੀ ਇਹਨਾਂ ਵੱਲੋਂ ਟੱਲੋ ਸਾਹ ਵੱਲੋਂ ਸੀ ਜੀ ਹੋਰ ਵੀ ਸਾਡ ਨਾਲ ਉਹ ਬਜ਼ੁਰਗ ਮੌਜੂਦ ਨੇ ਕਿਉਂਕਿ ਵਕਫਾਖਤ ਰਾ ਦੇ ਪਿੰਡ ਦੇ ਨੁਮਾਇੰਦੇ ਉਰੇ ਮੌਜੂਦ ਨੇ ਬਾਪੂ ਜੀ ਕਿਵੇਂ ਦੇਖਦੇ ਹੋ ਜਿਹੜਾ ਤੁਸੀਂ ਤੁਹਾਡਾ ਪਿੰਡ ਹੈ ਇਸ ਵੇਲੇ ਬੜਾ ਡਿਵੈਲਪਡ ਨਜ਼ਰ ਆ ਰਿਹਾ ਤੁਹਾਡੀ ਨਜ਼ਰਾਂ ਦੇ ਵਿੱਚ ਪਿੰਡ ਕਿਵੇਂ ਦਾ ਹੈ ਪਿੰਡ ਬਹੁਤ ਚੰਗਾ ਜੀ ਜੀ ਬਹੁਤ ਚੰਗੇ ਕਾਰੋਬਾਰ ਹੋਇਆ ਪਿੰਡ ਦੇ ਵਿੱਚ ਇਸ ਲਕਸ਼ਣ ਦੇ ਵਿੱਚ ਜੀ ਪਹਿਲਾਂ ਤੋਂ ਪਿੰਡ ਠੀਕ ਆ ਪਹਿਲੇ ਵੀ ਆਉਂਦੇ ਰਹੇ ਉਹ ਵੀ ਆਪਦੇ ਜੋਰ ਲਾ ਕੇ ਕੰਮ ਕਰਦੇ ਰਹੇ ਸਾਰੇ ਇਹ ਨਹੀਂ ਵੀ ਉਹਨਾਂ ਨੇ ਕਰਿਆ ਨਹੀਂ ਉਹ ਵੀ ਕਰਦੇ ਰਹੇ ਜਾਨੀ ਇਸ ਪਲਾਨ ਦੇ ਵਿੱਚ ਕੰਮ ਬਹੁਤ ਹੋਇਆ ਕਿਹੜੇ ਵਿਧਾਇਕ ਦੇ ਟਾਈਮ ਦੇ ਵਿੱਚ ਜਿਆਦਾ ਜਿਹੜੇ ਕੰਮ ਹੋਏ ਨੇ ਤੁਹਾਡੇ ਪਿੰਡ ਦੇ ਜਾਂ ਹਲਕੇ ਦੇ ਉਹਦੇ ਬਾਰੇ ਦੱਸ ਦਿਓ ਇਹ ਢਿੱਲੋ ਸਾਹ ਦੇ ਕੀ ਕੀ ਢਿੱਲੋ ਹਾਂ ਕੀ ਕੀ ਜੀ ਹੋਰ ਵੀ ਸਾਡ ਨਾਲ ਪਿੰਡ ਵਾਸੀ ਉਹਦੇ ਮੌਜੂਦ ਨੇ ਗੱਲਬਾਤ ਕਰ ਲਾਂਗੇ ਬਾਪੂ ਜੀ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਜਿਹੜਾ ਹੈਗਾ ਬੜਾ ਡਿਵੈਲਪਡ ਨਜ਼ਰ ਆ ਰਿਹਾ ਕਿਹਦੀ ਕਿਹਦੀ ਕਿਰਪਾ ਕਰਕੇ ਪਿੰਡ ਜੀ ਬਹੁਤ ਵਧੀਆ ਪਿੰਡ ਸਾਡਾ ਕੋਈ ਪਾਰਟੀ ਬਾਈ ਵੀ ਜ਼ਿਆਦਾ ਇਹ ਨਹੀਂ ਨਹੀਂ ਜਾਨੀ ਆ ਜਿਹੜੇ ਕੰਮ ਕੀਤੇ ਹਨ ਆ ਮੁੰਡੇ ਨੇ ਕੀਤੇ ਉਸੇ ਪੈਛੇ ਨੇ ਮੈਂ ਜੀ ਤਿੰਨ ਦੁਬਈ ਜਾ ਕੇ ਆਇਆ 32 ਸਾਲ ਲੱਗੇ ਮੈਂ ਉੱਥੇ ਪਾਰਕਾਂ ਵੇਖ ਆਉਂਦਾ ਫੇਰ ਇਹ ਜੀਆਂ ਵੀ ਸਾਡੇ ਪਿੰਡੇ ਵੀ ਕੋਈ ਪਾਰਕਾਂ ਜੀ ਹੋ ਕੋਈ ਜੀ ਪਰ ਆ ਮੁੰਡੇ ਨੇ ਸੁਫਨਾ ਲਿਆਦਾ ਸਾਡੇ ਵੀ ਖਾ ਦਾ ਵੀ ਆ ਮੁੰਡੇ ਨੇ ਕੰਮ ਕੀਤੇ ਇਹਦਾ ਹੱਪਿੰਟ ਨੇ ਬਹੁਤ ਕੰਮ ਕੀਤੇ ਆ ਸਾਡੀ ਹੁਣ 65 66 ਸਾਲ ਦੀ ਉਮਰ ਹੋ ਗਈ ਹੈ ਕਿਸੇ ਸਰਪੰਚ ਨੇ ਨਹੀਂ ਕੰਮ ਕੀਤਾ ਇਟਕਰ ਜੀ ਨਾ ਦੇਖਿਆ ਕੰਮ ਤੇ ਨਾ ਕਿਨੇ ਕੀਤਾ ਤੇ ਆ ਮੁੰਡੇ ਨੇ ਮੂੰਹ ਤੋਂ ਦਾ ਬਿਰਦਾ ਜੀ ਹਾਂ ਸਹਿਰਾ ਸਹਿਰਾ ਕਿਦੇ ਸਿਰ ਸਜਾਉਂਗੇ ਇਹਦਾ ਵੀ ਤੁਸੀਂ ਕਹਿ ਰਹੇ ਹੋ ਸਰਪੰਚ ਸਾਹਿਬ ਨੇ ਕੰਮ ਕੀਤੇ ਆ ਅੱਗੇ ਵਿਧਾਇਕ ਨੇ ਜਿਹੜੇ ਉਹਨਾਂ ਫੇਰ ਹੁਣ ਜਿਹੜੇ ਬੰਦਾ ਕੰਮ ਕਰੂ ਉਸ ਨੂੰ ਦੇਵਾਂਗੇ ਇਹ ਤਾਂ ਹਾਂ ਜਿਹੜਾ ਕੰਮ ਕਰੂਗਾ ਚੰਗੇ ਕੰਮ ਕਰੂਗਾ ਪਿੰਡਾਂ ਦੇ ਸਵਾਰੂਗਾ ਗਿਆਨੀਆਂ ਬਣਾ ਬਣਾਉਣ ਵਾਲੀ ਉਹ ਉਹਦੇ ਕੋਲਣਾ ਹਰ ਵੇਲੇ ਕਿਹੜੀ ਪਾਰਟੀ ਦਾ ਸਰਪੰਚ ਤੁਹਾਡੇ ਪਿੰਡ ਦਾ ਇਸ ਵੇਲੇ ਸਰਪੰਚ ਇਹ ਕਾਂਗਰਸ ਕਾਂਗਰਸ ਨੇ ਕਾਂਗਰਸ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹਨਾਂ ਨੂੰ ਮੌਕਾ ਦਿੱਤਾ ਜਾਵੇਗਾ ਜਾਂ ਕੋਈ ਬਦਲ ਲੱਬਿਆ ਜਾਵੇਗਾ ਜਿਹੜਾ ਦੁਬਾਰਾ ਇਸ ਨੂੰ ਮੌਕਾ ਦੇਵਾਂਗੇ ਜੀ ਹਾਂ ਇਹ ਤਾਂ ਕੋਈ ਨਹੀਂ ਕਰਦੇ ਲੋਕ ਟੋਕੜੀ ਕਰਦੇ ਕੋਈ ਪਿੱਛਾ ਨਹੀਂ ਕਰਦੇ ਇਹ ਮੌਕਾ ਜੀ ਨੂੰ ਦੇਵਾਂਗਾ ਪੂਰਾ ਜੀ ਪੂਰਾ ਜੋਰ ਲਾਵਾਂਗੇ ਨਗਰ ਦੀ ਜਿਨਾਈ ਇਹ ਵੀ ਕੰਮ ਕਰੂਗਾ ਹੁਣ ਪਿੰਡ ਦੇ ਕਿੰਨਾ ਕੰਮ ਸਾਰੇ ਆ ਇਹ ਜਾ ਇੱਥੇ ਹਾਥ ਸੀ ਇੱਥੇ ਪੂਰਾ ਤਕੀਆਂ ਦੇ ਸੀ ਜੀ ਫਾਰਾ ਗੰਦਾ ਪਾਣੀ ਇੱਥੇ ਹੁੰਦਾ ਸੀ ਉਹਦੇ ਮੁੰਡੇ ਨੇ ਸਵਾਰ ਕੇ ਬਾਲ ਕੱਢ ਕੇ ਐ ਬਲਾਦਾ ਹੋਵੇ ਤਾਂ ਘੁੰਮਦੀਆਂ ਟਾਫੀਆਂ ਘੁੰਮਦੀਆਂ ਜੀ ਮੈਂ ਇੱਕ ਬਾਹਰ ਹੁੰਦਾ ਨਹੀਂ ਵੱਡੇ ਵੀ ਨਾ ਕਿਸੇ ਨੂੰ ਜਾਂਦਾ ਹੀ ਗੱਡੀਆਂ ਲੋਡ ਕਰਕੇ ਪਰ ਆਹ ਵੇਖਿਆ ਵੀ ਸਾਡੇ ਪਿੰਡ ਸੁਫਨੇ ਆ ਵੀ ਆ ਗਿਆ ਇੱਥੇ ਜੀ ਬੜਾ ਮਨ ਖੁਸ਼ ਹੋਇਆ ਬਹੁਤ ਸ਼ਾਬਾਸ਼ ਹੈ ਮੁੰਡੇ ਦੇ ਜੀ ਤਾਂ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਯੂਥ ਵੀ ਨੇ ਉਹਰੇ ਮੌਜੂਦ ਬੈਠੇ ਨੇ ਸਰ ਕੀ ਕੰਮ ਕਰਦੇ ਹੋ ਆਪਣੇ ਬਾਰੇ ਦੱਸ ਦਿਓ ਥੋੜਾ ਖੇਤੀਬਾੜੀ ਕਰਦੇ ਹਾਂ ਖ ਤੇ ਪਿੰਡ ਦੇ ਹਾਲਾਤ ਕਿੱਦਾ ਨੇ ਤੁਹਾਡੇ ਹਲਕੇ ਦੇ ਹਾਲਾਤ ਕਿੱਦਾ ਨੇ ਇਸ ਵੇਲੇ ਬਹੁਤ ਵਧੀਆ ਹਾਲਾਤ ਹੈ ਪਿੰਡ ਦੇ ਹਾਲਾਤ ਵੀ ਵਧੀਆ ਜੀ ਹਲਕੇ ਬਾਰੇ ਹਲਕਾ ਵੀ ਠੀਕ ਹੈ ਜੀ ਵਧੀਆ ਕੰਮ ਕੀਤੇ ਢਿੱਲੂ ਸਾਹਮਣੇ ਜੀ ਹਾਂਜੀ ਤੇ ਆਉਣ ਵਾਲੀ ਚੋਣਾਂ ਦੇ ਵਿੱਚ ਕਿਸ ਨੂੰ ਮੌਕਾ ਦੇਵੋਗੇ ਕਿਉਂਕਿ ਅਗੇ ਦੇਖਿਆ ਗਿਆ ਹੈ ਸਰਕਾਰ ਬਦਲਦੀ ਰਹਿੰਦੀ ਹੈ ਔਰ ਐਮਐਲਏ ਜਿਹੜੇ ਨੇ 2017 ਦੇ ਵਿੱਚ ਕੁਸ਼ਲਦੀਪ ਸਿੰਘ ਕੀਕੀ ਢਿੱਲੂ ਐਮਐਲਏ ਬਣੇ ਨੇ 22 ਦੀਆਂ ਚੋਣਾਂ 'ਚ ਕਿਸ ਨੂੰ ਮੌਕਾ ਦੇਵੋਗੇ ਅਹੀ ਢਿੱਲੂ ਸਾਹਮਣੇ ਮੌਕਾ ਦੇਵੋਗੇ ਕੁਸ਼ਲਦੀਪ ਸਿੰਘ ਹਾਂਜੀ ਜੀ ਕੀ ਕਾਰਨ ਕੀ ਹੈ ਸਾਰੇ ਬੰਦੇ ਜਿਹੜੇ ਨੇ ਢਿੱਲੂ ਸਾ ਕੰਮ ਦੇ ਕੰਮ ਕੀਤੇ ਉਹਨਾਂ ਨੇ ਬਹੁਤ ਕਰ ਕੀਆ ਕੰਮ ਦੀ ਗੱਲ ਹੈ ਕਾਬੇ ਦਾ ਕਰੂ ਉਸ ਨੂੰ ਵੋਟਾਂ ਨਹੀਂ ਲਈਆਂ ਹਾਂ ਅੱਗੇ ਕੀ ਨਾ ਕੰਮ ਕੀਤਾ ਇਹ ਨੀਗਾ ਕਿ ਕਿਹਨੂੰ ਵੋਟਾਂ ਮਤਲਬ ਲਈ ਗਏ ਵੋਟਾਂ ਅੱਗੇ ਅੱਗੇ ਲੋਕ ਨਹੀਂ ਸੀਗੇ ਉਹ ਜਿਹਨੇ ਪੜ੍ਹੇ ਲਿਖੇ ਲੋਕ ਸੀਗੇ ਹੁਣ ਮੁੰਡੇ ਆ ਬੱਚੇ ਆ ਪੜ੍ਹੇ ਲਿਖੇ ਅੱਜ ਕੱਲ ਜੀ ਅੱਗੇ ਦਾ ਇੱਕ ਬਾਪੂ ਨੇ ਕਹਿਦਾ ਸਾਰੇ ਨੂੰ ਵੋਟਾਂ ਵੀ ਇਹਨੂੰ ਵੋਟਾਂ ਪਾਉਣੀਆਂ ਜੀ ਜੇ ਮੈਂ ਕਹਾਂ ਮੇਰੇ ਜੁਆਕਾਂ ਦੇ ਮਗਦਰ ਵੋਟਾਂ ਪਾਉਣੀਆਂ ਕਿ ਇਹ ਹਾਫ ਹੀ ਹੁਣ ਅੱਜ ਕੱਲ ਜੁਆਕਾਂ ਦੇ ਹਾਲ ਨਹੀਂਗਾ ਹੁਣ ਹੁਣ ਲੋਕ ਸਿਆਣੇ ਹੋ ਗਏ ਹੁਣ ਲੋਕ ਕੰਮ ਦੇ ਆਧਾਰ ਤੇ ਵੋਟ ਪਾਉਂਦੇ ਨੇ ਕੰ ਹੋਰ ਵੀ ਚੜਨਾ ਉ ਲੋਕ ਮੌਜੂਦ ਨੇ ਗਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕਿਵੇਂ ਦੇਖਦੇ ਹੋ ਹਲਕੇ ਦੇ ਵਿੱਚ ਕਿੰਨੇ ਕੰਮ ਹੋਏ ਨੇ ਕਿਵੇਂ ਦੇਖਦੇ ਹੋ ਕਿ ਕੀ ਰਿਪੋਰਟ ਕਾਟ ਬਣਾਉ ਬਹੁਤ ਸੋਹਣਾ ਕੰਮ ਹੋਇਆ ਜੀ ਸਾਡੇ ਤਾਂ ਆ ਇੰਨਾ ਗੰਦਾ ਜਗਾ ਛੱਪੜ ਸੀ ਇੰਨਾ ਗੰਦਾ ਇੱਥੇ ਤੇ ਇੱਥੇ ਬੈਠਾ ਨਹੀਂ ਜਾਂਦਾ ਸੀ ਆਣ ਗੁਆਂਢ ਦੇ ਘਰ ਆਣ ਤਾਂ ਸਾਰਿਆਂ ਤੋਂ ਇੰਨਾ ਵਧੀਆ ਕੰਮ ਹੋ ਗਿਆ ਇਹ ਕਿੰਨਾ ਸੋਹਣਾ ਪਾਰਕ ਦੇ ਬਣ ਗਿਆ ਝੀਲ ਬਣ ਗਈ ਇਹ ਦੇ ਵਿੱਚ ਜੀ ਬਹੁਤ ਚੰਗਾ ਕੰਮ ਹੋਇਆ ਇਸ ਪੇ ਤੁਹਾਡੇ ਹਲਕੇ ਦੇ ਐਮਐਲਏ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਉਹਨਾਂ ਨੂੰ 10 ਚੋਂ ਜੇਕਰ ਨੰਬਰ ਦੇਣੇ ਹੋ ਤਾਂ ਕਿੰਨੇ ਨੰਬਰ ਦਿਓਗੇ ਸਾਡੇ ਪਿੰਡ ਦੇ ਵਿਕਾਸ ਦੇ ਹਿਸਾਬ ਨਾਲ ਤਾਂ ਨੰਬਰ ਉਹਨਾਂ ਨੂੰ ਵੱਧ ਦੇਵਾਂਗੇ ਜੀ ਅਸੀਂ ਵੱਧ ਕਿੰਨੇ ਦਵਾਂਗੇ ਮਤਲਬ 10 ਦੇ ਵਿੱਚੋਂ ਘੱਟੋ ਘੱਟ 7-8 ਨੰਬਰ ਚਾਹੀਦੇ ਉਹਨਾਂ ਨੂੰ 7-8 ਨੰਬਰ ਦਵਾਂਗੇ ਕਿ ਕਿਕਿਟੇ ਲੋਹੜਾ ਨੂੰ ਹਾਂਜੀ ਪਰ ਕਿਕਿਟੇ ਲੋ ਦਾਵਾ ਕਰਦੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਾਮੀ ਹਲਕੇ ਦੇ ਵਿੱਚ ਹੋਇਆ ਹਾਂ ਇਸ ਸਾਲਕੇ ਸਾਡੇ ਇਸ ਵਾਰ ਜ਼ਿਆਦਾ ਹੋਇਆ ਜੀ 2017 ਤੋਂ ਬਾਅਦ ਹਾਂਜੀ ਜੀ ਤਾਂ ਹੋਰ ਵੀਰੇ ਲੋਕ ਮੌਜੂਦ ਨੇ ਗੱਲਬਾਤ ਕਰ ਲਾਂਗੇ ਕਿਵੇਂ ਦੇਖਦੇ ਹੋ ਜਿਹੜਾ ਤੁਹਾਡਾ ਹਲਕਾ ਹੈ ਇਸ ਵੇਲੇ ਵਿਧਾਇਕ ਦਾਵਾ ਕਰਦੇ ਨੇ ਕਿ ਹਲਕੇ ਦੇ ਵਿੱਚ ਪੰਜਾਬ 'ਚ ਸਭ ਤੋਂ ਵੱਧ ਕੰਮ ਹੋਏ ਨੇ ਬਿਲਕੁਲ ਜੀ ਇਹ ਕੋਈ ਦੂਜੀ رائے ਨਹੀਂ ਕੋਈ ਸ਼ੱਕ ਨਹੀਂ ਬਹੁਤ ਡਵੈਲਪਮੈਂਟ ਹੋਈ ਹੈ ਜੀ 2017 ਤੋਂ ਲੈ ਕੇ ਬਾਕੀ ਜਿੱਥੋਂ ਤੱਕ ਸਾਡੇ ਪਿੰਡ ਦਾ ਸਵਾਲ ਆ ਜੀ ਜਦੋਂ ਤੋਂ ਸਰਪੰਚੀ ਦਾ ਇਲੈਕਸ਼ਨ ਹੋਇਆ ਜੀ ਕਰੀਬ 3 ਸਾਲ ਹੋ ਗਏ ਆ ਬਹੁਤ ਜ਼ਿਆਦਾ ਮੰਨ ਲਓ ਕਿ ਸੋਚਣ ਤੋਂ ਪਰੇ ਤਰੱਕੀ ਹੋਈ ਹੈ ਪਿੰਡ ਦੀ ਜੋ ਜਿਨ੍ਹਾਂ ਥਾਵਾਂ ਤੇ ਕਦੇ ਕੋਈ ਇਨਸਾਨ ਵਰਨਾ ਪਸੰਦ ਨਹੀਂ ਕਰਦਾ ਸੀ ਉਹ ਥਾਵਾਂ ਅੱਜ ਇਸ ਤਰ੍ਹਾਂ ਬਣੀਆਂ ਚੰਡੀਗੜ੍ਹ ਨੂਮਾ ਦੇਖ ਰਹੇ ਆ ਆਪਾਂ ਲੇਕ ਜੀ ਇੱਥੇ ਬਹੁਤ ਗੰਦੀ ਜਗ੍ਹਾ ਸੀ ਜਿੱਥੇ ਕੋਈ ਜਾਨਵਰ ਨਹੀਂ ਵੱੜਦਾ ਸੀ ਇਥੇ ਆ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਕਿੰਨੀ ਵਧੀਆ ਜਗ੍ਹਾ ਬਣੀ ਹੈ ਕਿੰਨੇ ਸਹੀ ਤਰੀਕੇ ਨਾਲ ਪੈਸਾ ਲੱਗਾ ਹੈ ਜੀ ਪ੍ਰੋਪਰ ਸਾਹਮਣੇ ਬਿਆਨ ਹੋ ਰਿਹਾ ਆਪ ਤਸਵੀਰ ਜੀ ਹਾਂ ਜੀ ਤੇ ਜੇਕਰ ਮੌਜੂਦਾ ਵਿਧਾਇਕ ਨੇ ਕਾਂਗਰਸ ਦੇ ਵਿਧਾਇਕ ਨੇ ਕਿ ਕਿ ਟੀ ਲੋਨਾਂ ਨੂੰ ਨੰਬਰ ਦੇਣੇ ਹੋਣ 10 ਰਿਪੋਰਟ ਕਾਰਡ ਬਣਾਉਣਾ ਹੋਵੇ ਤਾਂ ਕਿੰਨੇ ਨੰਬਰ ਦਿਓਗੇ ਅਸੀਂ ਤਾਂ 10 ਚੋਂ 10.5 ਦੇਾਂਗੇ ਜੀ ਕੀ ਕਰਨਾ ਹੈ 10 ਚੋਂ 10.5 ਦੇ ਰਹੇ ਹੋ ਤੁਸੀਂ ਜਦਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਜਿਹੜੇ ਵੋਟਰ ਹੁੰਦੇ ਨੇ ਉਹ ਨਾਰਾਜ਼ ਰਹਿੰਦੇ ਨੇ ਆਪਣੇ ਵਿਧਾਇਕ ਤੋਂ ਦੇਖੋ ਜੀ ਜੋ ਇੱਕ ਐਮਐਲਏ ਦਾ ਰੋਲ ਹੁੰਦਾ ਜੀ ਸਰਕਾਰ ਦੇ ਵਿੱਚ ਸਾਰੀ ਸਰਕਾਰ ਦਾ ਭਾਂਡਾ ਐਮ ਐਲ ਏ ਤੇ ਨਹੀਂ ਭਨ ਸਕਦੇ ਜੀ ਜਦੋਂ ਕੋਈ ਕੰਮ ਰਹਿ ਜਾਂਦੇ ਆ ਇਸ ਨੇ ਢਿੱਲੋਂ ਸਾਹਿਬ ਨੇ ਐਮ ਐਲ ਏ ਹੁੰਦਿਆਂ ਸਾਡੇ ਪਿੰਡ ਦੇ ਜਿੰਨੇ ਕੰਮ ਪੈਂਡਿੰਗ ਸੀ ਜੀ ਚਾਹੇ ਉਹ ਪਿੰਡ ਦਾ ਨਿਕਾਸ ਚਾਹੇ ਪੀਣ ਵਾਲਾ ਪਾਣੀ ਜੋ ਸਾਡੇ ਸਰਹੰਦ ਫੀਡਰ ਨਹਿਰ ਦੇ ਵਿੱਚ 모ਗੇ ਲੱਗੇ ਆ ਜੀ ਉਹਨਾਂ ਦੀਆਂ ਅੰਡਰਗ੍ਰਾਉਂਡ ਪਾਈਪਲਾਈਨਸ ਕੋਈ 모ਗਾ ਨਹੀਂ ਬਾਕੀ ਅੱਜ ਸਾਡੇ ਜਿੰਨਾ ਤਾਂ ਜਿੰਨਾ ਖੇਤਾਂ ਦੇ ਵਿੱਚ ਕਦੇ ਪਾਣੀ ਸੋਚ ਨਹੀਂ ਸਕਦੇ ਸੀ ਵੀ ਚਲਾ ਜਾਊਗਾ ਜੀ ਉਹਨਾਂ ਜਗ੍ਹਾ ਤੇ ਵੀ ਪਾਣੀ ਢਿੱਲੋਂ ਸਾਹਿਬ ਦੇ ਬਦੌਲਤ ਅੰਡਰਗਰਾਊਂਡ ਪਾਈਪਲਾਈਨਸ ਪੈਣ ਨਾਲ ਚੱਲਾ ਗਿਆ ਜੀ ਤੇ ਕੋਈ ਮੁੱਖ ਮੰਗ ਹੋਵੇ ਤੁਹਾਡੀ ਜਿਹੜਾ ਵਿਧਾਇਕ ਵੱਲੋਂ ਹੁਣ ਤੱਕ ਨਹੀਂ ਪੂਰੀ ਕੀਤੀ ਗਈ ਹੋਵੇ ਕੁਝ ਇਹ ਜੀ ਚੀਜ਼ਾਂ ਹੁੰਦੀਆਂ ਨੇ ਜੋ ਨਜ਼ਰ ਅੰਦਾਜ਼ ਕੀਤੀਆਂ ਜਾਂਦੀਆਂ ਨੇ ਜਾਂ ਉਹਨਾਂ ਦੇ ਨੋਟਿਸ 'ਚ ਹੀ ਨਹੀਂ ਆਉਂਦੀ ਐਦਾ ਦਾ ਕੋਈ ਮੰਗ ਫਿਲਹਾਲ ਜੋ ਅੱਜ ਦੇ ਹਾਲਾਤ ਅਨੁਸਾਰ ਸਾਡੀ ਮੰਗ ਹੈ ਜੀ ਨੰਬਰ 1 ਤਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਣੀ ਬਹੁਤ ਜ਼ਰੂਰੀ ਹੈ ਲਾਇਬ੍ਰੇਰੀ ਹੈ ਨਹੀਂ ਤੁਹਾਡੇ ਪਿੰਡ 'ਚ ਕੋਈ ਬਿਲਕੁਲ ਨਹੀਂ ਹੈ ਜੀ ਕੋਈ ਵਧੀਆ ਚੰਗੇ ਲੈਵਲ ਦੀ ਲਾਇਬ੍ਰੇਰੀ ਨਹੀਂ ਹੈ ਜੀ ਇੱਕ ਜੋ ਸਾਡੀਆਂ ਪਾਰਕਸ ਐ ਤਿੰਨ ਪਾਰਕਾਂ ਬਣਗੀਆਂ ਸਾਡੇ ਜਗਾਹ ਦੀ ਕਮੀ ਨਹੀਂ ਬਹੁਤ ਵਧੀਆ ਬਣੀਆਂ ਘਾ ਲੱਗ ਗਿਆ ਜੀ ਇਹ ਛੋਟੇ ਬੱਚਿਆਂ ਦੇ ਖੇਡਣ ਲਈ ਜੋ ਝੂਲੇ ਵਗੈਰਾ ਉਹ ਲੱਗਣੇ ਜ਼ਰੂਰੀ ਹੈ ਜੀ ਹਾਂਜੀ ਔਰ ਨੰਬਰ 2 ਸਾਡੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜੋ ਸਾਡੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਹੈ ਜੀ ਚਾਰ ਪਿੰਡਾਂ ਦੀ ਉਹਦਾ ਅਸੀਂ ਜੋ ਲੈਂਦੇ ਨੇ ਸਾਨੂੰ ਫ੍ਰੀਕਾਟ ਜਾਣਾ ਪੈਂਦਾ ਕਰਨ ਵਾਸਤੇ ਪੇਮੈਂਟ ਦੇਣ ਵਾਸਤੇ ਔਰ ਲੈਣ ਵਾਸਤੇ ਉਹ ਅਸੀਂ ਬੇਨਤੀ ਕਰਦੇ ਹਾਂ ਵੀ ਉਹਦਾ ਕੈਸ਼ ਕਾਊਂਟਰ ਵੀ ਪਿੰਡ ਬਣ ਜੇ ਜੀ ਅਸੀਂ ਇੱਥੇ ਲੈਣ ਦੇਣ ਕਰੀਏ ਜੀ ਇਹ ਸਾਡੇ ਲਈ ਬਹੁਤ ਵਧੀਆ ਹੋਊਗਾ ਜੀ ਕੋਸ਼ਿਸ਼ ਕਰਾਂਗੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵਿਧਾਇਕ ਸਾਹਿਬ ਤੱਕ ਇਹ ਮੰਗਾਂ ਤੇ ਗੱਲਾਂ ਜ਼ਰੂਰ ਪਹੁੰਚਾਈਆਂ ਜਾਣ ਹੋਰ ਵੀ ਸਾਡੇ ਨਾਲ ਉਹਦੇ ਬਜ਼ੁਰਗ ਮੌਜੂਦ ਨੇ ਸਰ ਕਿੰਨੇ ਨੰਬਰ ਦੋਗੇ ਆਪਣੇ ਵਿਧਾਇਕ ਨੂੰ ਮੌਜੂਦ ਜਿਹੜੇ ਨੇ ਉਹ ਇਹ 10 ਦੇ 11 ਨੰਬਰ ਦੇਵਾਂਗੇ ਜੀ ਜੀ ਕੀ ਕਰਨਾ ਹੈ ਸਰ 10 ਤੋਂ 11 ਕਿਉਂ ਦੇ ਰਹੇ ਹੋ ਤੁਸੀਂ ਉਹਨੇ ਸਾਰੇ ਕੰਮ ਕੀਤੇ ਜਿੰਨੇ ਮਧੂਰੇ ਰਹਿੰਦੇ ਸੀਗੇ ਜੀ ਹਾਂਜੀ ਪਰ ਕੁਝ ਲੋਕ ਕਹਿ ਰਹੇ ਨੇ ਵਿਰੋਧੀ ਕਹਿ ਰਹੇ ਨੇ ਕਿ ਉਹਨਾਂ ਵੱਲੋਂ ਕੋਈ ਕੰਮ ਨਹੀਂ ਕਰਵਾਇਆ ਗਿਆ ਹਲਕੇ ਨਹੀਂ ਇਹ ਕਹੇਵੇਂ ਕਹੀ ਜਾਂਦੇ ਸਾਰੇ ਕੰਮ ਹੋਏ ਹੋਏ ਆ ਵੀ ਅੱਗੇ ਬਹਿਣ ਦਾ ਖੜੋਂ ਦਾ ਥਾਂ ਨਹੀਂ ਸੀਗਾ ਦੇਖ ਲਓ ਆਗੇ ਜੀ ਉਹਨਾਂ ਨੂੰ ਕਹੇ ਉਹ ਤਾਂ ਕਹਿਣਾ ਹੀ ਹੈ ਉਹਨਾਂ ਨੇ ਤਾਂ ਕਹਿਣਾ ਹੀ ਹੈ ਜੀ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੀ ਹੈ ਸਾਡੇ ਨਾਲ ਪਿੰਡ ਦੇ ਬੱਚੇ ਵੀ ਮੌਜੂਦ ਨੇ ਗੱਲਬਾਤ ਕਰ ਲਾਂਗੇ ਮਾਤਾਵਾਂ ਭੈਣਾ ਵੀ ਨੇ ਤੁਹਾਡੇ ਕੋਲ ਵੀ ਆਵਾਂਗੇ ਕੁੜੀਆ ਕੀ ਨਾਮ ਹੈ ਆਪਕਾ ਅਭਿਜੋਤ ਕੌਰ ਅਭਿਜੋਤ ਕੌਰ ਕੌਨਸੀ ਕਲਾਸ ਮੇ ਹੋ ਆਪ 6th ਲਈ ਓਕੇ ਔਰ ਸਕੂਲ ਹੈ ਆਪਕੇ ਆਪਕੇ ਇਸ ਹਲਕੇ ਮੇ ਸਕੂਲ ਹੈ ਇਧਰ ਯੈਸ ਕੌਨਸੀ ਕਲਾਸ ਮੇ ਪੜ੍ਹਤੇ ਹੋ 6th ਲਈ ਬਜ਼ੁਰਗ ਮੌਜੂਦ ਨੇ ਇਹਨਾਂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮਾਤਾ ਜੀ ਕਿਵੇਂ ਦੀ ਸਹੂਲਤਾਂ ਤੁਹਾਡੇ ਪਿੰਡ ਜਾਂ ਤੁਹਾਡੇ ਹਲਕੇ ਦੇ ਵਿੱਚ ਮਿਲ ਰਹੀਆਂ ਨੇ ਸਾਡੇ ਪਿੰਡ ਵਿੱਚ ਬਹੁਤ ਵਧੀਆ ਸਹੂਲਤਾਂ ਬਹੁਤ ਵਧੀਆ ਸਰਪੰਚ ਸਾਹਿਬ ਹੈ ਅਸੀਂ ਸਰਪੰਚ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਪਿੰਡ ਵਿੱਚ ਬਹੁਤ ਵਧੀਆ ਕੰਮ ਕੀਤੇ ਗਲੀਆਂ ਨਾਲੀਆਂ ਦੇ ਬਹੁਤ ਵਧੀਆ ਕੰਮ ਕੀਤੇ ਆ ਸਾਡੇ ਛੱਪੜ ਦੇ ਵਿੱਚ ਵਧੀਆ ਪਾਰਕ ਬਣਾਇਆ ਤੇ ਬਹੁਤ ਵਧੀਆ ਤੜਕੇ ਆਥ ਨੇ ਸੁਭਾ ਸ਼ਾਮ ਕੀਰਤਨ ਹੁੰਦਾ ਹੈ ਜੀ ਤੇ ਅਸੀਂ ਵਧੀਆ ਪਾਰਕ ਦੇ ਵਿੱਚ ਸੁਭਾ ਸ਼ਾਮ ਕਰਦੇ ਆਂ ਸੈਰ ਕਰਦੇ ਆਂ ਤੇ ਬਹੁਤ ਵਧੀਆ ਸਾਨੂੰ ਲੱਗ ਰਿਹਾ ਹੈ ਸਰਪੰਚ ਦਾ ਬਹੁਤ ਵਧੀਆ ਧੰਨਵਾਦ ਹੈ ਕਿ ਸਾਡੇ ਪਾਰਕ ਦੇ ਵਿੱਚ ਝੂਲੇ ਲੱਗਨੇ ਚਾਹੀਦੇ ਬੱਚਾ ਨੇ ਖੇਡਣ ਵਾਸਤੇ ਮਾਤਾ ਜੀ ਵਿਦ ਤੁਹਾਡੇ ਵਿਧਾਇਕ ਨੇ ਕਿਕਿਟੀ ਲੋਰ ਦੇ ਉਹਨਾਂ ਨੂੰ 10 ਤੋਂ ਕਿੰਨੇ ਨੰਬਰ ਦੋਗੇ ਜੇਕਰ ਰੈਂਕ ਕਰਨਾ ਹੋਵੇ ਅਸੀਂ 100 ਹੀ ਦੇਵਾਂਗੇ 10 ਤੋਂ 100 100 ਕੀ ਕੀ ਕਾਰਨ ਹੈ ਮਤਲਬ 10 ਤੋਂ 100 ਦੇਣ ਦਾ ਕੋਈ ਕਾਰਨ ਵੀ ਹੋਵੇ ਨਾ ਕਾਰਨ ਸਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਬਹੁਤ ਵਧੀਆ ਤੇ ਬਹੁਤ ਵਧੀਆ ਕੰਮ ਕਰੀ ਜਾਂਦੇ ਤੇ ਬਹੁਤ ਵਧੀਆ ਹੋਈ ਜਾਂਦੇ ਆ ਕਿਉਂਕਿ ਸਾਨੂੰ ਅੱਗੇ ਵੀ ਆਸ ਹੈਗੀ ਆ ਕਿਉਂਕਿ ਸਾਡੇ ਪਿੰਡ ਦਾ ਕੰਮ ਬਹੁਤ ਵਧੀਆ ਕਰਨਗੇ ਕੋਈ ਮੁੱਖ ਮੰਗ ਹੋਵੇ ਜਿਹੜਾ ਲੰਮੇ ਸਮੇਂ ਤੋਂ ਕੋਈ ਵਿਕਾਸ ਕਾਰਜ ਹੋਇਆ ਕੋਈ ਕੋਈ ਸਕੂਲ ਦੀ ਬੱਚਿਆਂ ਦੀ ਕੋਈ ਲੋੜ ਹੋਵੇ ਕੋਈ ਘਰ ਦੇ ਥੋੜੀ ਲੇਡੀਜ਼ ਦੀ ਕੋਈ ਲੋੜ ਹੋਵੇ ਦੱਸੋ ਮੁੱਖ ਮੰਗ ਕੋਈ ਸਾਨੂੰ ਇਹ ਹੀ ਮੰਗਾ ਕਿ ਸਾਡੇ ਪਿੰਡ ਦੇ ਜਿੰਨੇ ਵੀ ਕੰਮ ਹੋਣੇ ਜ਼ਰੂਰੀ ਹੈ ਜੀ ਹੁਣ ਹੋਰ ਇਹਨੇ ਕੰਮ ਤੁਸੀਂ 10 ਤੋਂ 100 ਨੰਬਰ ਦਿੱਤੇ ਨੇ ਹਾਂ ਜੀ ਸਾਡੇ ਪਿੰਡ ਦੇ ਵਿੱਚ ਵੀ ਆ ਪਾਰਕ ਦੇ ਵਿੱਚ ਝੂਲੇ ਲੱਗਣੇ ਚਾਹੀਦੇ ਆ ਜੀ ਤੇ ਜਿੰਨੇ ਵੀ ਕੰਮ ਥੋੜੇ ਬਹੁਤੇ ਰਹਿੰਦੇ ਆ ਉਹ ਸਾਡੇ ਹੋਣੇ ਚਾਹੀਦੇ ਆ ਜੀ ਹੋਰ ਵੀ ਸਾਡੇ ਨਾਲ ਮਾਤਾਵਾ ਮਾਉਰੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮਾਤਾ ਜੀ ਕਿਵੇਂ ਦੇਖਦੇ ਹੋ ਜਿਹੜੇ ਤੁਹਾਡੇ ਵਿਧਾਇਕ ਨੇ ਉਹਨਾਂ ਵੱਲੋਂ ਕੋਈ ਕੰਮ ਕੀਤੇ ਜਾ ਰਹੇ ਨੇ ਪਿੰਡ ਲਈ ਹਾਂਜੀ ਹਾਂਜੀ ਕੰਮ ਕੀਤੇ ਜਾ ਰਹੇ ਆ ਤੇ ਬਾਕੀ ਜੀ ਵਿਧਾਇਕ ਜਿਹੜੇ ਚੰਗੇ ਉਹਨਾਂ ਦਾ ਵੋਟਾ ਮੰਗਦੀ ਲੋੜ ਹੀ ਨਹੀਂ ਵਟ ਆਟੋਮੈਟਿਕ ਹੀ ਆ ਜਾਣੇ ਉਹਨਾਂ ਵੱਲ ਜੋ ਬਾਹਰ ਨਿਕਲਦੇ ਦੇਖਦੇ ਆ ਵੀ ਕਦੇ ਸੋਚਿਆ ਨਹੀਂ ਸੀ ਵੀ ਆਹ ਕੰਮ ਹੋ ਜਾਊਗਾ ਜਿਹੜਾ ਹੋਗਾ ਉਹ ਤਾਂ ਦੇਖ ਕੇ ਤੇ ਬੋਟ ਤਾਂ ਫਿਰ ਚਲੀ ਜਾਣੀ ਆ ਉੱਧਰ ਨਹੀਂ ਵੋਟਾਂ ਦੀ ਗੱਲ ਤਾਂ ਬਾਅਦ ਦੀ ਰਹੀ ਪਹਿਲਾਂ ਹਲਕੇ ਦਾ ਹਾਲ ਜਾਣਨ ਆਏ ਆ ਅਸੀਂ ਐਮਐਲਏ ਦਾ ਰਿਪੋਰਟ ਕਾਰਡ ਬਣਾਉਣਾ ਆ ਉਸ ਤੋਂ ਕਿੰਨੇ ਨੰਬਰ ਦੇਉਗੇ ਆਪਣੇ ਐਮ ਦੇਖੋ ਜੀ ਤੁਹਾਨੂੰ ਦੱਸਿਆ ਨਹੀਂ ਵੀ ਐਮਐਲਏ ਨੇ ਜਿਹੜੇ ਕੰਮ ਕੀਤੇ ਨੰਬਰ ਉਹਨੂੰ ਆਪੇ ਹੀ ਆ ਜਾਣੇ ਜੇ 10 ਨੰਬਰ ਕੀਤੇ ਹਾਲਾ ਕੀਤਾ 10 ਆ ਹੀ ਜਾਣੇ ਉਹ ਆ ਹੀ ਜਾਣੇ ਦੇਖਦੇ ਜੋ ਬਾਹਰ ਨਿਕਲਦੇ ਕਦੇ ਸੋਚਿਆ ਨਹੀਂ ਸੀ ਵੀ ਆ ਕੰਮ ਹੋਗਾ ਤੇ ਨੰਬਰ ਤਾਂ ਮੰਮੇਲ ਨਹੀਂ ਮਿਲਨੇ ਉਹਨਾਂ ਕੀ ਇਹ ਕੰਮ ਐਮਐਲਏ ਜਿਹੜੇ ਕਾਂਗਰਸ ਦੇ ਐਮਐਲਏ ਨੇ ਉਹਨਾਂ ਦੇ ਰਾਜ ਦੇ ਵਿੱਚ ਹੋਇਨੇ ਜਾਂ ਪਹਿਲਾਂ ਤੇ ਹੀ ਹੋਇਆ ਉਹਨਾਂ ਦੇ ਰਾਜ ਆਸ ਤੱਕ ਸੋਚਿਆ ਨਹੀਂ ਸੀ ਵੀ ਸਾਡਾ ਕੰਮ ਹੋ ਜੂਗਾ ਜੇ ਉਹਨਾਂ ਕਾਂਗਰਸ ਦੇ ਰਾਜ ਚ ਹੋ ਗਿਆ ਇਹ ਸਵੇਰ ਵੜ ਕੇ ਸੈਰ ਕਰਦੇ ਸ਼ਾਮ ਨੂੰ ਸੈਰ ਕਰਦੇ ਆ ਤੇ ਉਹ ਸੋਚਦੇ ਵੀ ਆ ਕਿ ਤਾਂ ਸੋਚਿਆ ਨਹੀਂ ਸੀ ਜਿਹੜਾ ਹੋ ਗਿਆ ਬਹੁਤ ਵਧੀਆ ਕੰਮ ਕਰਤਾ ਜੀ ਹਾਂ ਪੱਖੀ ਕਲਾ ਜਿਸ ਦਿਨ ਆਮ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਸੈਂਕੜਾ ਵਿਕਾਸ ਕਾਰਜ ਹੋਏ ਨੇ ਤੇ ਕੁਝ ਮੰਗਾ ਜਿਹੜੀਆਂ ਨੇ ਉਹਨਾਂ ਵੱਲੋਂ ਆਪਣੇ ਵਿਧਾਇਕ ਤੱਕ ਪਹੁੰਚਾਉਣ ਲਈ ਸਾਨੂੰ ਕਿਹਾ ਗਿਆ ਤੇ ਉਹ ਮੰਗਾ ਵੀ ਜ਼ਰੂਰ ਪਹੁੰਚਾਈਆਂ ਜਾਣ ਗਿਆ ਤੇ ਕੁਝ ਮੰਗਾ ਜਿਹੜੀਆਂ ਇਹਨਾਂ ਦੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਪੂਰੀਆਂ ਨੇ ਤੇ ਵੱਡੇ ਵੱਡੇ ਵਿਕਾਸ ਇੱਕ ਪਿੰਡ ਦੇ ਵਿੱਚ ਕੀਤੇ ਗਏ ਨੇ ਦੀਕ ਲਾਗੇ ਪਿੰਡ ਪੈਂਦਾ ਡੋੜ ਉੱਥੇ ਪਹੁੰਚੇ ਆ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਤੁਹਾਡੇ ਮੌਜੂਦਾ ਐਮ ਐਲ ਏ ਕੌਣ ਨੇ ਪਤਾ ਤੁਹਾਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਸ ਟਾਈਮ ਮੌਜੂਦਾ ਕੁਸ਼ਲਦੀਪ ਸਿੰਘ ਕੀ ਢਲੋਂ ਹੈ ਜੀ ਜੀ ਹਾਂਜੀ ਕਿਵੇਂ ਦੇਖਦੇ ਹੋ ਉਹਨਾਂ ਦੀ ਕਾਰਗੁਜ਼ਾਰੀ ਤੋਂ ਕਿੰਨੇ ਕਿ ਸੰਤੁਸ਼ਟੋਂ ਕਿੰਨੇ ਕਸੰਤੁਸ਼ਟੋਂ ਵੈਸੇ ਉਹਨਾਂ ਦੇ ਕੰਮ ਬਹੁਤ ਵਧੀਆ ਜੀ ਜਿਵੇਂ ਹੁਣ ਪਾਈਪ ਲਾਈਨ ਹੋ ਗਈ ਹਰ ਇੱਕ ਯਾਨੀ ਮੋਗੇ ਤੋਂ ਸਿਰੇ ਤੱਕ ਸਾਰੇ ਪਾਈਪਾਂ ਪੈ ਗਈਆਂ ਪਿੰਡ ਦੇ ਬਹੁਤ ਵਧੀਆ ਵਿਕਾਸ ਹੋ ਰਿਹਾ ਜੀ ਹੋਰ ਦੱਸੋ ਜੀ ਜੀ ਤੇ ਪਹਿਲਾਂ ਵੀ ਵਿਧਾਇਕ ਰਹੇ ਨੇ ਉਹ ਕਾਲੀ ਦਲਦੇਵ ਵਿਧਾਇਕ ਰਹੇ ਨੇ ਹੁਣ ਕਿ ਕਿਸੇ ਟੀ ਲੋਗਾਂ ਨੂੰ ਤਾਂ ਹੁਣ ਮੌਕਾ ਮਿਲਿਆ 2017 ਦੇ ਵਿੱਚ ਉਸ ਤੋਂ ਪਹਿਲਾਂ ਕਿੰਨੇ ਕੰਮ ਹੁੰਦੇ ਸੀ ਪਹਿਲਾਂ ਤੁਹਾਨੂੰ ਦੱਸੀ ਜਾਂਦੇ ਪਹਿਲਾਂ ਤਾਂ ਉਹ ਜਿਵੇਂ ਕੱਚੇ ਜਿਹੇ ਖਾਲੇ ਹੁੰਦੇ ਸੀ ਬੁਰੇ ਹਾਲ ਸੀਗੇ ਜਾਨੀ ਕੰਮ ਉਹਨਾਂ ਨੇ ਕੀਤੇ ਆ ਉਹ ਦੁਨੀਆ ਨੂੰ ਦਿਖ ਰਹੇ ਆ ਪਿੰਡ ਵਾਸੀਆਂ ਨੂੰ ਵੀ ਦਿਖ ਰਹੇ ਆ ਤੁਸੀਂ ਵੀ ਵੇਖ ਰਹੇ ਆ ਉਹ ਪਾਈਪਾਂ ਜੇ ਉਧਰ ਵੀ ਵੇਖ ਸਕਦੇ ਆ ਪਾਈਪਾਂ ਜੇ ਆਈਆਂ ਪਈਆਂ ਪਾਉਣ ਵਾਲੀਆਂ ਬਾਕੀ ਆ ਆ ਜਿੱਥੇ ਆਪਾਂ ਖੜੇ ਇਹ ਵੀ ਤਾਂ ਉਹਨਾਂ ਦੇ ਕਾਰਨ ਕਾਰਨਦਾਈ ਆ ਜੀ ਦੂਜਾ ਸਾਡੇ ਪਿੰਡ ਦੇ ਸਰਪੰਚ ਸਾਹਿਬ ਆ ਜੋ ਇਸ ਟਾਈਮ ਪਿੰਡ ਦਾ ਬਹੁਤ ਵਿਕਾਸ ਕਰ ਰਿਹਾ ਹੈ ਜੀ ਜੀ ਪਿੱਛੇ ਵੇਖ ਸਕਦੇ ਆ ਤਸਵੀਰਾਂ ਦੇ ਵਿੱਚ ਦਿਖਾਣਾ ਚਾਹਾਂਗੇ ਕਿ ਇੱਕ ਡੰਪ ਬਣਿਆ ਹੋਇਆ ਇਹ ਕਾਦੇ ਲਈ ਹੈ ਇਹ ਜੀ ਇੱਕ ਛੱਪੜ ਰੂਪੀਆ ਇਹਨੂੰ ਵੀ ਵੈਸੇ ਸੁਧਾਰ ਹੋਣਾ ਹੈ ਇਹਦੇ ਵੀ ਵਧੀਆ ਬਣ ਜਾਣਾ ਹੌਲੀ ਹੌਲੀ ਥੋੜਾ ਕੰਮ ਅਜੇ ਚੱਲ ਰਿਹਾ ਕੰਮ ਹੋ ਰਿਹਾ ਹੈ ਜੀ ਹਾਂਜੀ ਤੇ ਇਹ ਜਿਹੜਾ ਪਾਰਕ ਦੇ ਵਿੱਚ ਸਵੇਲੇ ਆਪਾਂ ਮੌਜੂਦ ਆਏ ਲੱਗਦਾ ਕਿਸੇ ਵੱਡੇ ਸ਼ਹਿਰ ਦਾ ਕੋਈ ਪਾਰਕ ਹੋਵੇ ਤਾਂ ਇਹਦਾ ਵਿਕਾਸ ਕਿਹਦੇ ਵੱਲੋਂ ਕਰਵਾਇਆ ਗਿਆ ਹੈ ਇਹਦਾ ਵਿਕਾਸ ਸਰਪੰਚ ਸਾਹਿਬ ਵੱਲੋਂ ਕਰਾਇਆ ਜਾ ਰਿਹਾ ਜੀ ਜੀ ਜੋ ਪਿੰਡ ਇਹਨੂੰ ਸੰਯੋਗ ਦੇ ਰਿਹਾ ਤੇ ਅਸੀਂ ਇਹਦੇ ਨਾਲ ਆ ਸਰਪੰਚ ਸਾਹਿਬ ਦੇ ਬਰਾੜ ਸਾਹਿਬ ਦੇ ਸਰਬਨ ਸਿੰਘ ਜਿਹੜਾ ਬਰਾੜ ਸਾਹਿਬ ਐਸ ਟਾਈਮ ਮਜੂਦਾ ਸਰਪੰਚ ਆ ਸਾਡਾ ਇਥੋਂ ਦਾ ਜੀ ਤੇ ਬਹੁਤ ਵਧੀਆ ਕਾਰਗੁਜ਼ਾਰੀ ਇਹਨਾਂ ਦੀ ਜੇਕਰ ਤੁਹਾਨੂੰ ਆਪਣੇ ਐਮ ਐਲ ਏ ਕਿ ਕਿ ਢਿੱਲੋ ਹੋਰਾਂ ਨੂੰ 10 ਚੋਂ ਨੰਬਰ ਦੇਣੇ ਹੋਣ ਰਿਪੋਰਟ ਕਾਰਡ ਬਣਾਣਾ ਹੋਵੇ ਤਾਂ ਕਿੰਨੇ ਨੰਬਰ ਦਿਓਗੇ ਨੰਬਰ ਤਾਂ ਵੈਸੇ ਸਾਰੇ ਹੀ ਦੇਣੇ ਬੰਦੇ ਆ ਜੀ ਦੂਜੀ ਗੱਲ ਇਹ ਆ ਵੀ ਅਸੀਂ ਇੱਕ ਜਿਹੜਾ ਮੈਂ ਆਪਦਾ ਤੌਰ ਤੇ ਕਹਿ ਰਿਹਾ ਮੈਂ ਆਯਾਦ ਬੰਦਾ ਮੈਂ ਇਹ ਨਾ ਕਹਿ ਲੋ ਜੋ ਵੀ ਇਹ ਕਾਂਗਰਸ ਨਾਲ ਅਟੈਚ ਆ ਅਸੀਂ ਦਿਲੋਂ ਪ੍ਰੇਮ ਇਸ ਕਰਕੇ ਕਰਦੇ ਆ ਕਿ ਕਿਸੇ ਦੇ ਕੰਮ ਚੰਗੇ ਆ ਉਹਨੂੰ ਸਲਾਉਣਾ ਚਾਹੀਦਾ ਜੀ ਹਾਂ ਅਸੀਂ ਯਾਦ ਸੋਚਦੇ ਆਦਮੀ ਆ ਜੀ ਜੀ ਕਿੰਨੇ ਨੰਬਰ ਦਵੋਗੇ ਮੈਂ ਤੁਹਾਨੂੰ ਪੁੱਛਿਆ ਜੀ ਰਿਪੋਰਟ ਅਸੀਂ ਦੇਵਾਂਗੇ ਜੀ ਜਿਹੜਾ ਚੰਗੇ ਕੰਮ ਕਰਦਾ ਉਹਨੂੰ ਪੂਰੇ ਨੰਬਰ ਦੇਣੇ ਚਾਹੀਦੇ ਆ ਜੀ ਕੋਈ ਇਹ ਨਹੀਂ ਵੀ ਨੰਬਰਾਂ 'ਚ ਘਾੜ ਨਹੀਂ ਰੱਖਣੀ ਚਾਹੀਦੀ ਜਦੋਂ ਉਹ ਨਹੀਂ ਰੱਖ ਰਹੇ ਕੋਈ ਅਜੀਹੀ ਮੰਗ ਜਿਹੜੀ ਆ ਤੁਹਾਡੇ ਵੱਲੋਂ ਐਮਐਲਏ ਸਾਹਿਬ ਤੱਕ ਪਹੁੰਚਾਉਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿਅਮ ਰਹੀਂ ਵੀ ਜਿਹੜਾ ਕੰਮ ਜਿਹੜਾ ਇਸ ਰਹਿੰਦੇ ਸਮੇਂ ਦੇ ਵਿੱਚ ਕੀਤਾ ਜਾ ਸਕੇ ਉਹ ਜਿਹੜੇ ਰਹਿੰਦੇ ਕੰਮ ਆ ਜੀ ਉਹ ਸਾਡੇ ਬਰਾਲਾ ਸਾਹਿਬ ਸਰਪੰਚ ਸਾਹਿਬ ਦੱਸਣਗੇ ਤੇ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਹਾਂਜੀ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਸਰ ਕੀ ਨਾਮ ਹੈ ਤੁਹਾਡਾ ਤੇ ਕਦੋਂ ਤੋਂ ਇਸ ਪਿੰਡ 'ਚ ਰਹਿੰਦੇ ਹੋ ਮੈਂ ਸਵਰਨ ਸਿੰਘ ਪਿੰਡ ਡੋੜ ਤੋਂ ਆ ਜੀ ਕਦੋਂ ਤੋਂ ਰਹਿੰਦੇ ਹੋ ਇਸ ਪਿੰਡ ਦੇ ਵਿੱਚ ਤੇ ਕਿਵੇਂ ਦਾ ਮਹਿਸੂਸ ਕਰਦੇ ਹੋ ਇੱਥੋਂ ਦੇ ਜੰਪਣਾ ਜੀ ਪਿੰਡ ਡੋੜ ਦੇ ਜੰਪਣਾ ਜੀ ਹਾਂਜੀ ਵਿਕਾਸ ਦੀ ਗੱਲ ਕਰੀ ਜਾਵੇ ਤਾਂ ਜਿਹੜੇ ਮੌਜੂਦਾ ਐਮਐਲਏ ਨੇ ਕਿ ਕਿ ਟਿੱਲੋਹਰਾ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਿਕਾਸ ਉਹਨਾਂ ਦੇ ਹਲਕੇ ਦੇ ਵਿੱਚ ਹੋ ਪੰਜਾਬ ਦੇ ਵਿੱਚ ਜੋ ਵਿਕਾਸ ਫਰੀਦਕੋਟ ਹਲਕੇ ਦੇ ਵਿੱਚ ਸਭ ਤੋਂ ਵੱਧ ਵਿਕਾਸ ਹੋਇਆ ਜੋ ਰਸਤੇਦਾਰਾ ਫਰਿਆ ਪਰ ਜਾ ਕੇ ਜੇ ਉਧਰ ਵੀ ਕਿਸੇ ਵੇਖੀਦਾ ਪਰ ਵਿਕਾਸ ਇੰਨਾ ਨਹੀਂ ਹੋਇਆ ਜਿੰਨਾ ਇਸ ਐਮਐਲਏ ਨੇ ਆਪਣੇ ਫਰੀਦਕੋਟ ਹਲਕੇ ਦਾ ਕੀਤਾ ਸਰ ਤੁਹਾਡੀ ਨਜ਼ਰਾ ਦੇ ਵਿੱਚ ਵਿਕਾਸ ਕੀ ਹੁੰਦਾ ਐਮਐਲਏ ਵੱਲੋਂ ਕਿਹਈ ਵੀ ਕੀ ਕੀ ਕੰਮ ਕੀਤੇ ਜਾ ਸਕਦੇ ਨੇ ਵਿਕਾਸ ਲੋਕਾਂ ਦੀਆਂ ਸੁੱਖ ਸਹੂਲਤਾਂ ਜਿਹੜੀਆਂ ਮਿਲਣਾ ਆਪਣਾ ਵਿਕਾਸ ਬੋਲਦੇ ਹੁਣ ਆ ਪਾਰਕ ਬਣਾਈ ਵੇਖੋ ਬੱਚੇ ਖੇਡਦੇ ਆ ਇੱਥੇ ਰੋਜ ਇੱਥੇ ਰੌਣਕ ਹੁੰਦੀ ਅੱਜ ਤੋਂ ਥੋੜਾ ਜਿਹਾ ਜੇ ਮੜਾ ਜੇ ਲੇਟ ਹੈ ਤਾਂ ਇੱਥੇ ਰੌਣਕ ਮੇਲਾ ਦੇਖਣਾ ਹੀ ਤੁਸੀਂ ਹਾਂਜੀ ਲੋਕ ਸਹੂਲਤਾਂ ਕਿਦਾਂ ਜਿਹ ਆਪ ਸੈਰ ਕਰਨ ਜਾਂਦੇ ਸਵੇਰ ਸੈਰ ਲੋਚੇ ਕਿਤੇ ਸੀ ਲੋਕ ਜਨਾਨੀਆਂ ਹੁਣ ਲੇਟਾਂ ਜਗਦੀਆਂ ਇੱਥੇ ਸ਼ਾਮ ਨੂੰ ਸਵੇਰ ਸਾਰਾ ਪਿੰਡ ਸੈਰ ਕਰਨ ਆਉਂਦਾ ਜੀ ਮਾਹੌਲ ਕਿਵੇਂ ਦਾ ਪਿੰਡਾਂ ਦੇ ਵਿੱਚ ਕਿਉਂਕਿ ਢਿੱਲੋ ਸਾਹਿਬ ਕਹਿੰਦੇ ਨੇ ਕਿ ਉਹਨਾਂ ਵੱਲੋਂ ਪੂਰਾ ਜਿਹੜਾ ਹਰ ਚੀਜ਼ ਜਿਹੜੀ ਹੈ ਮਹਈਆ ਕਰਵਾਈ ਜਾਂਦੀ ਬਹੁਤ ਵਧੀਆ ਮਾਹੌਲ ਹੈ ਜੀ ਇਸ ਟਾਈਮ ਤੇ ਸਾਡੇ ਪਿੰਡ ਦਾ ਤਾਂ ਇੰਨਾ ਵਧੀਆ ਮਾਹੌਲਾ ਕਿ ਸਰਪੰਚ ਦੇ ਹਰ ਬੰਦਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਨਾ ਕੋਈ ਪਿੰਡ ਦੇ ਵਿੱਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਕੰਮ ਉਹਨਾਂ ਨੇ ਕੀਤੇ ਆ ਕੋਈ ਕਿਸੇ ਨਾਲ ਇਹ ਨਹੀਂ ਰੱਖਿਆ ਹੋਂ ਤਾਂ ਜਾਂ ਵੋਟ ਨਹੀਂ ਪਾਈ ਹਰ ਇੱਕ ਦਾ ਵਿਕਾਸ ਹੋਇਆ ਜਿਨੇ ਬਣਾ ਕੋਈ ਵਿੰਗਾ ਜਾਂ ਟੇਡਾਂ ਜਾਂ ਵੋਟ ਦਾ ਮਤਲਬ ਵੀ ਹੈ ਨਹੀਂ ਕੋਈ ਹਰ ਇੱਕ ਬੰਦੇ ਦਾ ਵਿਕਾਸ ਹੋਇਆ ਹੋਰ ਵੀ ਸਾਡੇ ਨਾਲ ਉਹ ਪਿੰਡ ਵਾਸੀ ਮੌਜੂਦ ਨੇ ਜੋ ਜੋ ਗਲੀਆਂ ਨਾਲੀਆਂ ਪਿੰਡ ਦੇ ਵਿੱਚ ਬਣੀਆਂ ਕੋਈ ਨਹੀਂ ਇਹਦੀ ਨੀਵੀਂ ਜਾਂ ਇਹਦੀ ਆ ਜਿਹਦਾ ਵੀ ਵਿਕਾਸ ਹੋਇਆ ਹਰ ਇੱਕ ਦੇ ਘਰ ਦਾ ਇੱਕੋ ਜਿਹਾ ਵਿਕਾਸ ਹੋਇਆ ਪਿੰਡ ਦਾ ਜੋ ਵੀ ਹੈ ਮਤਲਬ ਇਕੁਐਲਿਟੀ ਰੱਖੀ ਜਾਂਦੀ ਹੈ ਤੁਹਾਡਾ ਕਹਿੰਦਾ ਭਾਵੇਂ ਹੀ ਹੈ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਸੱਚੀ ਗੱਲ ਸੱਚੀ ਗੱਲ ਕੀ ਨਾਮ ਹੈ ਤੁਹਾਡਾ ਕਦੋਂ ਤੋਂ ਰਹਿੰਦੇ ਹੋ ਇਸ ਪਿੰਡ ਰਵਿੰਦੀਪ ਜਨਪਾਲ ਇੱਥੋਂ ਨਹੀਂ ਜੀ ਡੋੜ ਪਿੰਡ ਦਾ ਜੀ ਕੀ ਕਹਿਣਾ ਚਾਹੋਗੇ ਆਪਣੇ ਪਿੰਡ ਬਾਰੇ ਆਪਣੇ ਪਿੰਡ ਦਾ ਹਲਕੇ ਡੋੜ ਪਿੰਡ ਦਾ ਬਹੁਤ ਵਿਕਾਸ ਹੋਇਆ ਹੈ ਸਰਬੰਨ ਸਾਡੇ ਪਿੰਡ ਦੇ ਸਰਪੰਚ ਸਰਬਰ ਸਿੰਘ ਬਰਾੜ ਜ ਬਹੁਤ ਸੋਹਣਾ ਕੰਮ ਕੀਤਾ ਗਲੀਆਂ ਨਾਲੀਆਂ ਸੀਵਰੇਜ ਦਾ ਜੀ ਕੋਈ ਪਾਈਪ ਲੈਂਦਾ ਜੀ ਸਾਡੀ ਇੱਕ ਮੰਗ ਹੈ ਸਾਡਾ ਸਕੂਲ 8ਵੀਂ ਤੱਕ ਬੱਚਿਆਂ ਦਾ ਜੀ ਇਹ 10ਵੀਂ ਤੱਕ ਕੀਤਾ ਜਾਵੇ ਪਿੰਡ ਦੇ ਵਿੱਚ ਇੱਕੋ ਇੱਕ ਸਕੂਲ ਹੈ ਕੀ ਹੋਰ ਵੀ ਕੋਈ ਸਕੂਲ ਹੈ ਇੱਕੋ ਇੱਕ ਸਕੂਲ ਹੈ ਜੀ ਕੀ ਮੰਗੇ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਐਮਐਲਏ ਸਾਹਿਬ ਤੱਕ ਪਹੁੰਚਾਉਣਾ ਚਾਹੁੰਗੇ ਮੇਰੇ ਸਾਹਿਬ ਨੇ ਇਹ ਹੀ ਬੇਨਤੀ ਸਾਡੇ ਸਕੂਲ 8ਵੀਂ ਤੱਕ ਹੈ ਜੀ 10ਵੀਂ ਤੱਕ ਬੱਚਿਆਂ ਨੇ ਕੀਤੀ ਹੈ ਬੱਚੇ ਬਹੁਤ ਸਮੱਸਿਆ ਇੱਥੇ ਜੀ ਚੰਗੀ ਮੰਗ ਹੈ ਤੁਹਾਡੇ ਵੱਲੋਂ ਹਾਂਜੀ 메ਨ ਰੋਡ ਦੇ ਉੱਤੇ ਸਾਡਾ ਪਿੰਡ ਆਈ ਸਕੂਲ ਦੀ ਸਮੱਸਿਆ ਪੂਰੀ ਕੀਤੀ ਹੈ ਹੋਰ ਕੋਈ ਮੰਗ ਤੁਹਾਡੇ ਵੱਲੋਂ ਐਮਐਲਏ ਸਾਹਿ ਹਿੰਦੀ ਦੇ ਸਾਰੇ ਕੰਮ ਕੰਪਲੀਟ ਆ। ਤਾਂ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਕਦੋਂ ਤੋਂ ਇਸ ਪਿੰਡ 'ਚ ਰਹਿੰਦੇ ਹੋ? ਜਗਰੂ ਸਿੰਘ ਜੀ। ਜੀ ਕਦੋਂ ਤੋਂ ਰਹਿੰਦੇ ਹੋ ਇਸ ਪਿੰਡ 'ਚ? ਜੰਪਲ ਹੀ ਇੱਥੋਂ ਦੇ ਜੀ। ਜੀ। ਕੀ ਕਹਿਣਾ ਚਾਹੋਗੇ ਆਪਣੇ ਐਮ.ਐਲ.ਏ ਨੂੰ ਕਿੰਨੇ ਨੰਬਰ ਦੇਵੋਗੇ ਤੇ ਉਹਦੇ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੀ ਕਾਰਗੁਜ਼ਾਰੀ ਬਹੁਤ ਸੋਹਣੀ ਹੈ ਜੀ। ਬਹੁਤ ਵਧੀਆ ਪਿੰਡ ਦਾ ਕੰਮ ਕੀਤਾ ਹੈ ਜੀ। 10 'ਚ 10 ਹੀ ਦੇਵਾਂਗੇ। ਕਾਰਨ ਕੀ ਹੈ 10 'ਚ 10 ਦੇ ਰਹੇ ਹੋ ਤੁਸੀਂ ਕੀ? ਕਿਤੇ ਤੁਹਾਡਾ ਕਾਂਗਰਸ ਨਾਲ ਕੋਈ ਸੰਬੰਧਤਾ ਨਹੀਂ ਕਾ? ਨਹੀਂ ਜੀ ਇਸ ਕਾਂਗਰਸ ਨਾਲ ਸਮਝ ਨਹੀਂ ਕਰਦਾ ਜਿਹੜਾ ਸਾਡੇ ਪਿੰਡ ਦਾ ਵਿਕਾਸ ਕੀਤਾ ਨਾ ਇਹ ਉਹਨਾਂ ਨੇ ਜੀ ਉਹਦੇ ਖੁਸ਼ੀ ਦੇ ਤੌਰ ਤੇ ਉਹਨਾਂ ਤੁਹਾਡਾ ਬਿਜ਼ਨਸ ਕੀ ਹੈ ਕੰਮਕਾਰ ਕੀ ਕਰਦੇ ਹੋ ਖੇਤੀਬਾੜੀ ਕਰਦੇ ਹੋ ਖੇਤੀਬਾੜੀ ਕਰਦੇ ਹੋ ਕਦੀ ਢਿੱਲੋ ਸਾਹਿਬ ਨਾਲ ਮੁਲਾਕਾਤ ਹੋਈ ਹੈ ਕੋਈ ਗੱਲਬਾਤ ਹੋਈ ਹੋਵੇ ਮਿਲਣ ਜਾਂਦੇ ਹਾਂ ਮੈਂ ਲਈਦਾ ਜੀ ਬਹੁਤ ਖੁੱਲ ਕੇ ਮਿਲਦੇ ਜੀ ਜੀ ਕੋਈ ਵੀ ਨੇਚਰ ਕਿਵੇਂ ਦੀ ਹੈ ਢਿੱਲੋ ਸਾਹਿਬ ਦੀ ਐਗਰੈਸਿਵ ਐਗਰੈਸਿਵ ਨਹੀਂ ਲੱਗਦੇ ਤੁਹਾਨੂੰ ਨਹੀਂ ਨਹੀਂ ਜੀ ਨੇਚਰ ਤਾਂ ਉਹਨੂੰ ਬੰਦਾ ਮੋਹ ਲੈਂਦੇ ਜੀ ਕੋਈ ਵੀ ਬੰਦਾ ਜਾਂਦਾ ਨਾ ਉਹ ਤਾਂ ਪਹਿਲਾਂ ਜਾਂਦੇ ਜਾਂਦੇ ਦੀ ਪਛਾਣ ਕਰ ਲੈਂਦੇ ਵੀ ਬੰਦਾ ਆਪਣੇ ਹਾਂਜੀ ਆਪਣੇ ਹਲਕੇ ਦੇ ਆਪਣੇ ਹਲਕੇ ਦੇ ਹਲਕੇ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਵਿਰੋਧੀ ਕਹਿੰਦੇ ਨੇ ਕਿ ਢਿੱਲੋਂ ਸਾਹਿਬ ਜ਼ਿਆਦਾ ਚੰਡੀਗੜ੍ਹ ਹੀ ਰਹਿੰਦੇ ਨੇ ਨਹੀਂ ਜੀ ਬਿਲਕੁਲ ਗਲਤ ਹੈ ਜੀ ਜੀ ਉਹਨਾਂ ਨੂੰ ਜਦੋਂ ਬੁਲਾਈਏ ਜਿਵੇਂ ਅਸੀਂ ਕਹਿੰਦੇ ਹੁਣ ਪਿੰਡ ਆਉਣਾ ਦੇ ਪਿੰਡ ਜੀ ਚੰਡੀਗੜ੍ਹ ਤੋਂ ਜਾਣਾ ਹੀ ਜਦੋਂ ਕੰਮ ਕਰ ਲੈਣ ਜੀ ਜੀ ਹਾਂਜੀ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜੋ ਗੱਲਬਾਤ ਆਪਾਂ ਕਰ ਰਹੇ ਆ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਬਹੁਤ ਵਧੀਆ ਢਿੱਲੋਂ ਸਾਹਿਬ ਨੇ ਜਿਹੜੇ ਕੰਮ ਕੀਤੇ ਆ ਬਹੁਤ ਸੋਹਣੇ ਕੀਤੇ ਆ ਅੱਗੇ ਸਾਡੇ ਪਹਿਲਾਂ ਜੋ ਸੀਗੀ ਅਕਾਲੀਆਂ ਸੀ ਉਦੋਂ ਸਾਡੀ ਕਸੀ ਬਹੁਤ ਚਿਰਿਆਂ ਤੋਂ ਮੰਗ ਸੀਗੀ 3 ਇਅਰ ਮੈਨਰ ਦੀ ਇਹਨਾਂ ਨੇ ਪੂਰੀ ਕੀਤੀ ਹੋਈ ਤੇ ਹੁਣ ਸਾਰੇ ਆ ਪਾਈਪ ਲਾਈਨਾਂ ਜਿੰਨੀਆਂ ਮੋਗਿਆਂ ਦੀਆਂ ਪਈ ਜਾਂਦੀਆਂ ਇਹਨਾਂ ਨੇ ਪਾਈਆਂ ਸਾਡੇ ਪਿੰਨ ਕਮਿਊਨਿਟੀ ਹਾਲ ਬਣਾਇਆ ਤੇ ਆ ਪਾਰਕ ਬਣਿਆ ਆ ਛੱਪੜ ਨਾਲ ਇਹਦਾ ਵੀ ਕੰਮ ਹੋਣਾ ਜੀ ਆ ਸੋਲਰ ਮੋਟਰ ਲਵਾਤੀ ਜੇ ਇੱਥੋਂ ਪਾਣੀ ਸਾਰਾ ਸਕੂਲ ਨੂੰ ਹੀ ਜਾਂਦਾ ਇਹਦੇ ਵਿੱਚ ਨਹਿਰ ਦਾ ਪਾਣੀ ਪਾ ਕੇ ਕੰਮ ਕਰਨਾ ਹੈ ਜੀ ਤੇ ਮੰਗ ਥੋੜੀ ਮੈਨ ਇੱਕ ਤਾਂ 10ਵੀਂ ਦਾ ਸਕੂਲ ਹੋਣਾ ਚਾਹੀਦਾ ਜੀ ਪਲੱਸ 2 ਹੋਣਾ ਚਾਹੀਦਾ ਜੀ ਪਲੱਸ 2 ਸਕੂਲ ਹੋਣਾ ਚਾਹੀਦਾ 10ਵੀਂ ਦਾ ਤਾਂ ਸਾਡੇ ਸਾਡੇ ਜੋ ਗੁਆਰੇ ਗਏ ਜੀ ਬੱਚੇ ਉੱਥੇ ਜਾਂਦੇ ਆ ਜੀ ਸਾਡਾ ਸਕੂਲ ਜਿਹੜਾ ਪਿੰਡ ਹੈ ਮੇਨ ਸਕੂਲ ਦੀ ਗੱਲ ਕਰ ਰਹੇ ਹਾਂ ਤੁਸੀਂ ਕਦੀ ਤੁਹਾਡੇ ਵੱਲੋਂ ਵਿਧਾਇਕ ਸਾਹਿਬ ਤੱਕ ਇਹ ਮੰਗ ਲੈ ਕੇ ਜਾਈ ਪਹੁੰਚਾਈ ਗਈ ਮੰਗ ਇਹ ਇਹ ਸਰਪੰਚ ਸਾਹਿਬ ਦਾ ਹੀ ਕੰਮ ਜੀ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਡੇ ਨਾਲ ਪੁੱਛ ਲਈਏ ਜੀ ਇਹ ਇੱਕ ਮੈਂ ਸਮਝਦਾ 7-8 ਪਿੰਡਾਂ ਦਾ ਸਾਡਾ ਹੈਗਾ ਹੀ ਐਡਾ ਤੇ ਇੱਥੇ ਸਾਡੇ ਆਹ ਸੇਵਾ ਕੇਂਦਰ ਚੱਲਣਾ ਚਾਹੀਦਾ ਜੀ ਸੇਵਾ ਕੇਂਦਰ ਆ ਜਿਹੜਾ ਪਿੱਛੇ ਬਣਿਆ ਹੋਇਆ ਤਸਵੀਰਾਂ ਦੇ ਵਿੱਚ ਦਿਖ ਰਿਹਾ ਹੈ ਚੱਲਦਾ ਨਹੀਂ ਹੈਗਾ ਚੱਲਦਾ ਨਹੀਂਗਾ ਜੀ ਇਹ ਬੰਦ ਹੋਇਆ ਇਹ ਚੱਲਣਾ ਚਾਹੀਦਾ ਜੀ ਇਹ ਬਹੁਤ ਲੋ ਹਾਂ ਹੋਰ ਬਾਕੀ ਕੰਮ ਤਾਂ ਬਹੁਤ ਵਧੀਆ ਹੋਈ ਜਾਂਦੇ ਕਿੰਨੇ ਨੰਬਰ ਦਓਗੇ ਵਿਧਾਇਕ ਸਾਹਿਬ ਨੂੰ ਜੇਕਰ 10 ਤੋਂ ਨੰਬਰ ਦੇ ਨਹੀਂ ਉਹ ਰੈਂਕ ਦੇਣਾ ਹੋਵੇ ਕਿੰਨੇ ਨੰਬਰ ਦਓਗੇ ਉਹਨਾਂ ਦਾ ਹੱਕ ਤਾਂ 10 ਤੋਂ 10ਾਂ ਦਾ ਹੀ ਹੈ ਜੀ 10 10 ਕੁਝ ਮੰਗਾ ਵੀ ਰੱਖਿਆ ਗਈਆਂ ਨੇ ਤੁਹਾਡੇ ਵੱਲੋਂ ਉਹ ਮੰਗਾ ਦੇ ਆਧਾਰ ਤੇ ਕਿੰਨੇ ਨੰਬਰ ਕਟੋਗੇ ਉਹਨਾਂ ਦੇ ਨਹੀਂ ਕਟਣਾ ਨਹੀਂ ਉਹ ਦੁਬਾਰਾ ਲਵਾ ਲਿਆਂਗੇ ਫੇਰ ਦੁਬਾਰਾ ਫੇਰ ਸਰਕਾਰ ਬਣੇ ਲੈ ਲਾਂਗੇ ਉਹ ਤਾਂ ਹਾਂ ਉਹ ਰੱਖਦੇ ਨਹੀਂ ਉਹ ਹੱਕ ਨਹੀਂ ਰੱਖਦੇ ਬਹੁਤ ਮਿਰਨਸਾਰ ਆ ਜਿਹੜਾ ਬੰਦਾ ਜਾਂਦਾ ਕੋਈ ਨਵੇਂ ਦੇ ਵੀ ਵੋਟ ਪਾਈ ਆ ਜਾਂ ਨਹੀਂ ਪਾਈ ਸਾਰਿਆਂ ਦੇ ਕੰਮ ਕਰਦੇ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰ ਲੈਣਿਆ ਫਿਰ ਸਰਪੰਚ ਸਾਹਿਬ ਕੋਲ ਵੀ ਜਾਵਾਂਗੇ ਸਰ ਕਿਵੇਂ ਦੇਖਦੇ ਹੋ ਵਿਧਾਇਕ ਸਾਹਿਬ ਵੱਲੋਂ ਕੋਈ ਕੰਮ ਕਰਵਾਇਆ ਜਾ ਰਿਹਾ ਨਹੀਂ ਹਲਕੇ ਬਹੁਤ ਵਧੀਆ ਕਾਰਜਕਾਰੀ ਹੈ ਸਾਡੀ ਨਿਗਾਹ ਇਹ ਤਾਂ ਬਹੁਤ ਅੱਛੀ ਹੈ ਸਾਡੇ ਪਿੰਡ ਦੇ ਤੁਹਾਨੂੰ ਨੇ ਨੀ ਕਸਰ ਛੱਡੀ ਜੀ ਕੋਈ ਤੁਹਾਡੇ ਵੱਲੋਂ ਮੰਗ ਜਿਹੜੀ ਹੋਵੇ ਪਿੰਡ ਦੇ ਵਿਕਾਸ ਲਈ ਆ ਹਲਕੇ ਦੇ ਵਿਕਾਸ ਲਈ ਕੋਈ ਵੱਡੀ ਮੰਗ ਹੋਵੇ ਵੱਡੀ ਮੰਗ ਤਾਂ ਇਹ ਇੱਕ ਤਾਂ ਪਲੱਸ 2 ਕਰ ਦੇਣ ਤੇ ਇਹ ਇੱਕ ਆ ਸੌਦਾ ਵੀ ਚੱਲਣੀ ਚਾਹੀਦੀ ਸਾਡਾ ਮੇਨ ਪਿੰਡ ਪੈਂਦਾ 6-7 ਪਿੰਡਾਂ ਦਾ ਅੱਡਾ ਇਹ ਇਹ ਵੀ ਵੱਡੀ ਮੰਗ ਆ ਸਾਡੀ ਵੀ ਇਹ ਕਰਨੀ ਚਾਹੀਦੀ। ਹੋਰ ਕੋਈ ਤੁਹਾਡੇ ਮਨ 'ਚ ਵਿਚਾਰ ਹੋਵੇ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ। ਵਿਚਾਰ ਜੀ ਸਾਡੇ ਪਿੰਡ 'ਦਾ ਕੋਈ ਐਸੀ ਚੀਜ਼ ਨਹੀਂ ਰਹਿ ਗਈ ਜਿਹੜੀ ਨਹੀਂ ਆਈ। ਜੀ। ਬਸ ਇਹੀ ਸਾਡਿਆਂ ਤੋਂ ਮੰਗਾ। ਕਿਵੇਂ ਦੇਖਦੇ ਹੋ ਇੰਨਾ ਸੋਹਣਾ پارک ਤੁਹਾਡੇ ਪਿੰਡ ਦੇ ਵਿੱਚ ਬਣਿਆ ਹੋਇਆ ਦਿਖਾਣਾ ਚਾਹਾਂਗੇ ਤਸਵੀਰਾਂ ਰਹੀਂ ਝੂਲੇ ਲੱਗੇ ਨੇ, ਬੱਚੇ ਖੇਡ ਰਹੇ ਨੇ। ਕਿਵੇਂ ਦੇਖਦੇ ਹੋ ਜਿਹੜਾ ਵਿਕਾਸ ਜਿਹੜਾ ਕਰਾਇਆ ਗਿਆ ਇਹਦੇ ਬਾਰੇ ਕੀ ਕਹਿਣਾ? ਅਸੀਂ ਨਾ ਹੀ ਬਹੁਤ ਖੁਸ਼ੀ ਨਾਲ ਇਹਨੂੰ ਬਣਾਇਆ। ਸਰਪੰਚ ਸਾਹਿਬ ਖੜੇ ਆ ਤੁਹਾਨੂੰ ਦੱਸਣਗੇ ਇਹਨਾਂ ਦੇ ਨਾਲ ਰਹੇ ਆ। ਜਦੋਂ ਆਂਦੇ ਸੀ ਆਜੋ ਉਦੋਂ ਹੀ ਐਸੇ پارک ਜਿਹਾ ਆ ਜਾਂਦੇ ਸੀ। ਜੀ। ਬਿਨਾ ਸੰਤੋਸ਼ਟ ਨਹੀਂ ਕਰਿਆ ਸਾਨੂੰ ਚਾਹ ਨੰਬਰ ਆ ਜਿਹੜਾ ਵੀ ਇਹ ਸਾਡੇ ਪਿੰਡ ਦੀ ਵਧੀਆ ਚੀਜ਼ ਬਣਦੀ ਕਿੰਨੇ ਨੰਬਰ ਦੇਓਗੇ ਆਪਣੇ ਮੌਜੂਦਾ ਵਿਧਾਇਕ ਨੇ ਤੁਹਾਡੇ ਕਿੱਕੀ ਢੀ ਲੋ ਉਹਨਾਂ ਨੂੰ ਕਿੰਨੇ ਨੰਬਰ ਦੇਓਗੇ ਦੱਸੋ ਜੀ 10 ਹੀ ਦਿੰਨੇ ਆ ਜੀ ਜਿਹੜੀਆਂ ਦੋ ਮੰਗਾਂ ਰੱਖੀਆਂ ਗਈਆਂ ਨੇ ਉਹਦੇ ਵਿੱਚ ਕੋਈ ਨੰਬਰ ਉਹਨਾਂ ਦਾ ਕੱਟਣਾ ਬੰਦਾ ਕੋਈ ਲੋੜ ਨਹੀਂ ਜੀ ਕੱਟਣ ਦੀ ਉਹ ਅਸੀਂ ਲੈ ਲਾਂਗੇ ਸਾਡੇ ਸਰਪੰਚ ਸਾਹਿਬ ਕਰਾ ਲੋਂਗੇ ਮਤਲਬ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕਦੋਂ ਤੋਂ ਤੁਸੀਂ ਸਰਪੰਚ ਜੀ ਸਰਦਾ ਸਰਪੰਚ ਸਿੰਘ ਆ ਜੀ ਕਦੋਂ ਤੁਸੀਂ ਸਰਪੰਚ ਹੋ ਇਸ ਪਿੰਡ ਦੇ ਵਸਾਤੈਂ ਸਾਲ ਤੋਂ ਐਤਕੀਆਂ ਇਸ ਟਰਮ 'ਚ ਜੀ ਕਿਵੇਂ ਦੇਖਦੇ ਹੋ ਆਪਣੇ ਵਿਧਾਇਕ ਨੇ ਤੁਹਾਡੇ ਕਿੱਕੀ ਢਿੱਲੋ ਤੁਹਾਡੇ ਤੁਸੀਂ ਵੀ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਹੋ ਪਿੰਡ ਦੇ ਸਰਪੰਸ ਸਰਪੰਸ ਤੋਂ ਤੁਸੀਂ ਕਿਵੇਂ ਵੇਖਦੇ ਹੋ ਉਹਨਾਂ ਦੇ ਕਾਰਗੋਜ਼ਾ ਜੀ ਨੂੰ ਪਹਿਲਾਂ ਬਹੁਤ ਵਧੀਆ ਕਾਰਗੋਜ਼ਾ ਜੀ ਜੀ ਇੱਕ ਤਾਂ ਉਹਦੀ ਹਾਲਤ ਸਭ ਤੋਂ ਅਸਲੀਅਤ ਦੱਸ ਦੇਵਾਂ ਇਹਨਾਂ ਸਾਰਿਆਂ ਨੇ ਨਹੀਂ ਦੱਸੀ ਜੀ ਇੱਕ ਉਹਦੀ ਹਾਲਤ ਝੂਠ ਮਾਰਨ ਦੀ ਨਹੀਂ ਜੀ ਜੀ ਥੋੜਾ ਜਿਹਾ ਜੇ ਕੰਮ ਉਹਦੇ ਵਸਦਾ ਰੋਗ ਹੋਵੇ ਤਾਂ ਕਹਿੰਦਾ ਹੋ ਜਾਊਗਾ ਜੀ ਜੇ ਉਹਦੇ ਵਸਦਾ ਰੋਗ ਨੂੰ ਕਹਿ ਦਿੰਦਾ ਯਾਰ ਇਹ ਹੋਣਾ ਨਹੀਂ ਹੈ ਕੰਮ ਮਤਲਬ ਸਾਫ ਸਾਫ ਛਵੀ ਦੇ ਹਾਂ ਜਾਂ ਕਿ ਲੀਡਰ ਮਗਰ ਲਾਈ ਫਦੇ ਉੱਥੇ ਹੋ ਜੂ ਪਰਸੋਂ ਆਈ ਚੌਥੀਆਂ ਜੀ ਉਹਦਾ ਕੰਮ ਮੇਰ ਨਾਲ ਕੀਤਾ ਨਹੀਂ ਕਿਸ ਨੇ ਕੀਤਾ ਉਹ ਤਾਂ ਮੈਂ ਕਹਿ ਨਹੀਂ ਸਕਦਾ ਤੇ ਸਰਪੰਚ ਸਾਹਿਬ ਮੁੱਖ ਮੁੱਖ ਕੀ ਵਿਕਾਸ ਦੇ ਪੰਜ ਕੋਈ ਕੰਮ ਗਿਣਾ ਦਿਓ ਜਿਹੜੇ ਪਿੰਡ ਦੇ ਵਿੱਚ ਵਿਧਾਇਕ ਸਾਹਿਬ ਵੱਲੋਂ ਕੀਤੇ ਗਏ ਉਹਨਾਂ ਆ ਸਭ ਤੋਂ ਵੱਲ ਤਾਂ ਪਿੱਛੇ ਇਹ ਪਾਰਕ ਖੜਾ ਇੱਥੇ ਤੁਸੀਂ ਵੇਖਿਆ ਜੀ ਜੀ ਕਰੀਬ 60-70 ਲੱਖ ਰੁਪਏ ਲੱਗਾ ਇਹਦੇ ਤੇ ਆ ਨਾਲ ਛੱਪੜਾ ਮੋਡੀਫਾਈ ਵੀ ਨਾਲ ਕਰਦੇ ਆ ਨਾਲ ਤੋਂ ਗੇੜ-ਗੂੜਾ ਦਾ ਲਾ ਤੇ ਤੁਸੀਂ ਦੇਖ ਹੀ ਲਏ ਜੀ ਵੀ ਮੋਡੀਫਾਈ ਕਰਨਾ ਕਮਿਊਨਿਟੀ ਹਾਲ ਆ ਉਹਦੇ ਅਸੀਂ 20 ਲੱਖ ਰੁਪਏ ਲਾ ਕੇ ਉਹ ਅਸੀਂ ਮਤਲਬ ਬਣਵਾਇਆ ਜੀ ਇੱਕ ਪਾਈਪ ਲਾਈਨ ਆ ਸਾਡੀ ਕਰੀਬ ਕਰੋੜ ਰੁਪਏ ਦੀ ਇਧਰ ਉਹ ਕਾਲੀਰ ਮੋਗੇ ਦੀ ਜੀ ਉਹ ਇੱਕ 20 22 ਲੱਖ ਦੀ ਇਧਰ ਪਾਈਪ ਲਾਈਨ ਪਾ ਕੇ ਦਿੱਤੀ ਹੈ ਜੀ ਮਤਲਬ ਜੀ ਇੱਕ ਢਾਣੀਆਂ ਨੂੰ 1 ਕਿਲੋਮੀਟਰ ਮਤਲਬ ਬਣਾ ਕੇ ਦਿੱਤੀ ਇੰਟਲੋਕ ਲਾ ਕੇ ਦਿੱਤੀ ਜੀ ਹੋਰ ਵੀ ਤਕਰੀਬਨ ਇੱਕ ਦੋ ਮੁੱਗਿਆਂ ਦਾ ਪ੍ਰੋਸੈਸ ਚੱਲੀ ਜਾਂਦਾ ਉਹ ਵੀ ਮਤਲਬ ਕਰਕੇ ਦੇਣਗੇ ਸਕੂਲ ਵੀ ਉਹਨਾਂ ਨੂੰ ਮੈਂ ਮੰਗ ਕੀਤੀ ਸੀ 10ਵੀਂ ਦਾ ਦੀ ਤੁਹਾਡੇ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਕੂਲ ਜਿਹੜਾ ਹੈਗਾ 8ਵੀਂ ਤੱਕ ਹੈ ਸਾਡਾ ਤਾਂ ਉਹਨੂੰ ਜਿਹੜਾ ਹੈ ਵਧਾ ਕੇ 12ਵੀਂ ਤੱਕ ਕੀਤਾ ਜਾਵੇ ਇੱਕ ਆ ਪਿੱਛੇ ਸੂਵਿਧਾ ਕੇਂਦਰ ਹੈ ਜਿਹੜਾ ਇਹ ਨਹੀਂ ਚੱਲਦਾ ਇਹ ਮੰਗਾ ਤੁਹਾਡੇ ਵੱਲੋਂ ਵੀ ਤਾਂ ਐਕਸਾਬ ਤੱਕ ਪਹੁੰਚਾਈ ਗਈਆਂ ਹੁਣ ਪਹੁੰਚਾਈਆਂ ਗਈਆਂ ਮੈਂ ਵਦ ਐਕਸਾਬ ਨੇ ਮੈਨੂੰ ਯੈਸ ਕਹੀ ਹੈ ਇਹਨਾਂ ਦੀ ਮਤਲਬ ਸਕੂਲ ਦਾ ਵੀ ਉਹਨਾਂ ਨੇ ਕਿਹਾ ਸੀ ਇਹ ਹੁਣ ਉਹ ਪਤਾ ਕੀ ਇਹ ਟਰਨ ਵਾਈਜ਼ ਹੁੰਦਾ ਵੀ 8ਵੀਂ ਨੂੰ 10ਵੀਂ ਦਾ ਹੀ ਹੋ ਸਕਦਾ ਸਿੱਧ ਕਿਰਾ ਕਿਰਾ ਦਸਵੀਂ ਤੱਕ ਦਾ ਵੀ ਹੋ ਜੇ ਨਾ ਪਿੰਡ ਵਾਸੀਆਂ ਨੂੰ ਇਕ ਆਸ ਹੋ ਜੇਗੀ ਕਿ ਹਾਂ ਵੀ ਤਾਂ ਐਕਸ ਸਾਡੇ ਕੰਮ ਕਰਦੇ ਨੇ ਉਹ ਮੈਨੂੰ ਯਸ ਕਹੀ ਉਹਨਾਂ ਨੇ ਵੀ ਤੁਹਾਡਾ ਅਰਕੀ ਬਣ ਜੂਗਾ ਕੀ ਲੱਗਦਾ ਕਿ ਜਿਹੜਾ ਸਕੂਲ ਦੀ ਗੱਲ ਹੋ ਰਹੀ ਹੈ ਉਹ ਕਦ ਤੱਕ ਪੂਰਾ ਹੋ ਜਾਏਗਾ ਇਸ ਆਪਣਾ ਉਹ ਜਿਹਨੂੰ ਯਸ ਕਹੇ ਤਾਂ ਯਸੇ ਤਾਂ ਮਤਲਬ ਹੋਣੀ ਪੂਰਾ ਹੋ ਜਾਊਗਾ ਜੀ ਹੋਰ 10 ਦਿਨਾਂ ਤੱਕ ਹੋ ਜਾਏ 5 ਦਿਨਾਂ ਤੱਕ ਹੋ ਜਾਏ ਰਹਿੰਦੇ ਸਮੇਂ ਦੇ ਵਿੱਚ ਹੋ ਜਾਏਗਾ ਸਰਕਾਰ ਦੇ ਜਿੰਨੇ ਕੇ 10 20 ਦਿਨ ਆਪਾਂ ਗੱਲ ਕਰੀਏ ਬਾਚ ਲੋ ਬਾਹ ਨਹੀਂ ਫੜਾਉਂਦੇ ਜੋ ਬਾਹ ਉਦੋਂ ਫੜਾਉਂਦੇ ਹੋ ਜੋ ਤੁਹਾੰਦਰ ਜਦੋਂ ਕੰਮ ਉਹਨਾਂ ਨੇ ਕਰਨਾ ਹੋਵੇ ਤੁਮ ਪਹਿਲਾਂ ਹੀ ਕਹਿ ਚੁੱਕੇ ਆ ਚਲਾਉਣੇ ਸੇਵਾਦਾਨ ਇਹ ਵੀ ਮੈਂ ਉਹਨਾਂ ਧਿਆਨ ਚ ਜਾਂਦੀ ਆ ਇਹ ਬੰਦ ਰੱਖਣ ਦਾ ਕਾਰਨ ਕੀ ਹੋਇਆ ਸੇਵਾ ਕੇਂਦਰ ਬਣਾਇਆ ਗਿਆ ਸਰਕਾਰ ਵੱਲੋਂ ਪੈਹਾ ਖਰਚਾ ਗਿਆ ਤੇ ਤੇ ਬੰਦ ਕਿਉਂ ਕੀਤਾ ਫਿਰ ਪ੍ਰੋਬਲਮ ਉਦੋਂ ਇਹ ਆਈ ਹੈ ਇਸ ਤਰ੍ਹਾਂ ਕਰਕੇ ਨੇ ਉਦੋਂ ਸੇਵਾ ਕੇਂਦਰਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਮੁਲਾਜ਼ਮ ਜਿਆਦੇ ਰੱਖੇ ਗਏ ਜੀ ਪੈਸੇ ਪੂਰੇ ਨਹੀਂ ਹੋ ਰਹੇ ਸੀ ਜਿੰਨਾ ਮਤਲਬ ਇੱਕ ਮਤਲਬ ਹੌਲੀ ਹੌਲੀ ਜਦ ਇਹਨਾਂ ਕੇਂਦਰਾਂ 'ਚ ਹੌਲੀ ਹੌਲੀ ਇਹ ਆਇਆ ਵੀ ਇੱਕ ਅੱਧੀ ਫੈਸਿਲਿਟੀ ਜਿਵੇਂ ਲਾਇਸੈਂਸ ਬਣਾਉਣੇ ਆ ਜੀ ਹੁਣ ਇਹ 10 10 20 20 ਸਵਿੰਧਾ ਆ ਗਈਆਂ ਕੋਈ ਦਫਤਰਾਂ 'ਚ ਆਪਣੇ ਹੈੱਡਕੁਆਰਟਰ ਤੇ ਪਿਆ ਰਹਿੰਦੇ ਸਾਰਾ ਕੁਝ ਜੀ ਤੇ ਹੁਣ ਇਹਦੀ ਬਹੁਤ ਲੋਡ ਬਣ ਗਈ ਹੈ ਇਹਦੀ ਖਾਸ ਕਰਕੇ ਕਿਉਂਕਿ ਰੇ ਕਮੀ ਇਹਦਾ ਮਤਲਬ ਕਿਸੇ ਸੇਵਾ ਕੇਂਦਰ ਦੇ ਵਿੱਚ ਹੀ ਹੁੰਦਾ ਜੀ ਜੀ ਤੇ ਆਖਰੀ ਸਵਾਲ ਹੈ ਮੇਰਾ ਪਿੰਡ ਵਾਸੀਆਂ ਤਾਂ ਰੈਂਕ ਦਿੰਦਾ ਪਰ ਤੁਸੀਂ ਵੀ ਸਰਪ੍ਰੇਸ ਤੋਂ ਪਿੰਡ ਦੇ ਤੁਸੀਂ ਆਪਣੇ ਵਿਧਾਇਕ ਕਿ ਕਿ ਢਿਲੋਹੜਾ ਨੂੰ ਕਿ 10 ਚੋ ਕਿੰਨੇ ਨੰਬਰ ਦੋਗੇ ਕਿਉਂਕਿ ਮੇਰੇ ਦਾ ਨੰਬਰ ਭਾਣਾ ਜਿੰਨੇ ਮਰਜ਼ੀ ਦੇ ਦੇ ਝੂਠੀ ਵਜਣਾ ਕਿ ਉਹ ਕਹਣਾ ਵੀ ਢਿਲੋਹੜਾ ਸਾਹਿਬ ਦਾ ਬੰਦਾ ਯਾਰ ਇਹਨੇ ਤਾਂ ਹੀ ਕਰਨਾ ਹੈ ਇਹ ਤਾਂ ਲੋਕ ਹੀ ਦੱਸਣ ਦੱਸ ਦਿੰਦੇ ਜੀ ਪਿੰਡ ਦਾ ਕੀ ਕੀ ਕੀਤਾ ਹੁਣ ਸਰਪੰਚ ਜੀ ਮੇਰੇ ਬਾਰੇ ਪੁੱਛੋ ਮੈਂ ਤਾਂ 100% ਹੀ ਹੱਕੂ ਮੈਂ ਦੇ ਦ 100% ਨੰਬਰ ਪਰ ਇਹ ਤਾਂ ਲੋਕ ਦੱਸਣਗੇ ਪਿੰਡ ਦੇ ਜੀ ਲੋਕਾਂ ਨੇ ਦੱਸਿਆ ਹਾਂ ਜਿਹੜਾ ਮੈਂ ਜਿਹੜਾ ਕੋਈ ਵਿਕਾਸ ਕੀਤਾ ਕੋਈ ਮੈਂ ਪਾਰਟੀ ਬਾਜ਼ੀ ਰੱਖ ਕੇ ਨਹੀਂ ਕੀਤਾ ਬਹੁਤ ਬਹੁਤ ਫਾਕਤ ਉਹਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੋਨਿਆ ਹਲਕਾ ਫਰੀਦਕੋਟ ਦੇ ਪਿੰਡ ਡੋੜ ਵਿੱਚ ਆਈ ਸੀ ਡੋੜ ਵਿੱਚ ਆਏ ਲੋਕਾਂ ਨਾਲ ਗੱਲਬਾਤ ਕੀਤੀ ਵੇਖਿਆ ਕਿ ਪਿੰਡ ਦੇ ਵਿੱਚ ਜਿਹੜਾ ਵਿਕਾਸ ਹੋਇਆ ਹੈ ਵਿਧਾਇਕ ਕਿੱਕੀ ਢਿਲੋਹਰਾ ਵੱਲੋਂ ਉਹ ਮੂੰਹੋਂ ਬੋਲਦਾ ਵਿਕਾਸ ਹੈ ਦੱਸਣ ਦੀ ਲੋੜ ਨਹੀਂ ਹੈਗੀ ਮੂੰਹੋਂ ਬੋਲਦਾ ਵਿਕਾਸ ਹੈ ਤੇ ਕਿੱਕੀ ਢਿਲੋਹਰਾ ਦਾ ਹਾਲ ਹਲਕੇ ਦਾ ਚੈੱਕ ਰਿਆ ਗਿਆ ਤਾਂ ਪਤਾ ਲੱਗਿਆ ਜਿਆਦਾਤਰ ਜਿਹੜੇ ਲੋਕ ਨੇ ਉਹਨਾਂ ਦੇ ਹਲਕੇ ਦੇ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਨੇ ਤੇ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਨੇ ਉਸ ਪਸੰਦ ਦੇ ਚੱਲਦੇ ਆ 10 'ਚੋਂ ਲਗਭਗ 10 ਨੰਬਰ ਸਾਰੇ ਵੱਲੋਂ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਕੁਝ ਮੁੱਖ ਮੰਗਾਂ ਵੀ ਰੱਖੇ ਗਈਆਂ ਨੇ ਕਿ ਪਿੰਡ ਡੋਰ ਦੇ ਵਿੱਚ ਜਿਹੜਾ ਸਕੂਲ ਆ ਉਹ 8ਵੀਂ ਤੱਕ ਆ ਉਹ 10ਵੀਂ ਤੱਕ ਕੀਤਾ ਜਾਵੇ ਤੇ ਇੱਕ ਸਾਂਝ ਕੇਂਦਰ ਜਿਹੜਾ ਬੰਦ ਪਿਆ ਉਹ ਚਲਾਇਆ ਜਾਵੇ ਕੈਮਰਾ ਪਰਸਨ ਜਸਪ੍ਰੀਤ ਦੇ ਨਾਲ ਕੋਮਲ ਸਿੰਘ ਲਾ ਸਕਾਈ ਨਿਊਜ਼ ਪੰਜਾਬ